ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਪੰਜਾਬ ਦੇ ਅੱਜ ਦੇ ਹਾਲਾਤ ਜੋ ਸਾਡੀਆਂ ਨਜ਼ਰਾਂ ਦੇ ਸਾਹਮਣੇ ਨੇ, ਉਹ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਦੇ ਵਿੱਚੋਂ ਅੱਥਰੂ ਚੋ ਪੈਂਦੇ ਨੇ। ਕਿਤੇ ਜਵਾਨ ਪੀੜ੍ਹੀ ਨਸ਼ਿਆਂ 'ਚ ਗਲਤਾਨ ਹੋਈ ਆਪਣਾ ਆਪ ਮੁਕਾਈ ਜਾ ਰਹੀ ਹੈ, ਕਿਤੇ ਕਿਸਾਨ ਸੰਘਾਂ 'ਚ ਫਾਹੇ ਪਾ ਝੂਲਦੇ ਪਏ ਨੇ, ਤੇ ਕਿਤੇ ਗਰੀਬ ਸਰਕਾਰਾਂ ਦੀ ਰਹਿਮਤ ਵਾਸਤੇ ਤਰਸਦੇ ਪਏ ਨੇ। ਸਭ ਕੁਝ ਹੁੰਦਿਆਂ ਸੁਣਦਿਆਂ ਵੀ ਪੰਜਾਬ ਅੱਜ ਬੰਜਰ ਜਿਹਾ ਹੋਇਆ ਹੈ। ਕੁਝ ਸਿੰਘਾਂ ਨੇ ਕਿਹਾ ਕਿ ਕਾਸ਼ ਅੱਜ ਤੋਂ 35 ਵਰੇ ਪਹਿਲਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਨਾਲ ਜੇ ਕਿਤੇ ਪੂਰੀ ਕੌਮ ਮੋਢੇ ਨਾਲ ਮੋਢਾ ਲਾ ਕੇ ਚੱਲਦੀ ਹੁੰਦੀ ਤਾਂ ਸ਼ਾਇਦ ਅੱਜ ਪੰਜਾਬ ਦੀ ਤਸਵੀਰ ਹੀ ਕੁਝ ਹੋਰ ਹੋਣੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਕਾਰੀ ਫੌਜ ਨੇ ਆਣ ਕੇ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ, ਅਤੇ ਅਟੈਕ ਕਿਉਂ ਕੀਤਾ, ਉਸਦੇ ਪਿੱਛੇ ਕਾਰਨ ਕੀ ਸੀਗੇ, ਜਿਹੜਾ ਸੰਤਾਂ ਨੇ ਅਨੰਦਪੁਰ ਸਾਹਿਬ ਦੇ ਮਤੇ ਦੀ ਮੰਗ ਕੀਤੀ ਸੀ, ਉਸ ਬਾਰੇ ਅੱਜ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ। ਜਿਹੜੀਆਂ ਮੰਗਾਂ ਸੀਗੀਆਂ ਇਹ ਸਾਰੀਆਂ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੀ ਸੀਆਂ। ਇਹ ਕੋਈ ਇਕੱਲੀ ਇਹ ਨਹੀਂ ਸੀ ਵੀ ਇਕੱਲੀਆਂ ਉਹਦੇ ਵਿੱਚ ਸਿੱਖਾਂ ਦੀਆਂ ਮੰਗਾਂ ਸੀਗੀਆਂ, ਪੰਜਾਬ ਭਲਾਈ ਦੀਆਂ ਮੰਗਾਂ ਸੀਗੀਆਂ, ਅਤੇ ਉਹਨਾਂ ਮੰਗਾਂ ਨੂੰ ਹੀ ਲੈ ਕੇ ਅੱਜ ਸਾਡੇ ਜਿਹੜੇ ਲੋਕ ਨੇ ਉਹ ਲੜ ਰਹੇ ਨੇ। ਕੋਈ ਪਾਣੀ ਵਾਸਤੇ ਲੜ ਰਿਹਾ ਵੀ ਪੰਜਾਬ ਦਾ ਪਾਣੀ ਦਾ ਕੋਈ ਹੱਲ ਹੋ ਜਾਵੇ, ਕੋਈ ਕਹਿ ਲਈਏ ਵੀ ਕਿਸਾਨੀ ਵਾਸਤੇ ਲੜ ਰਿਹਾ ਵੀ ਕਿਸਾਨਾਂ ਨੂੰ ਹੱਕ ਦਿੱਤਾ ਜਾਵੇ ਰੇਟ ਬੰਨਣ ਵਾਸਤੇ। ਸੋ ਇਹ ਗੱਲਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਅੱਜ ਤੋਂ 35 ਸਾਲ ਤੋਂ ਵੀ ਪਹਿਲਾਂ ਇਹ ਕੀਤੀਆਂ ਸੀਗੀਆਂ, ਅਤੇ ਸਾਡੀ ਸਿੱਖ ਕੌਮ ਦਾ ਸੁਭਾਅ ਹੀ ਬਣਿਆ ਹੋਇਆ ਜਿੰਨਾ ਚਿਰ ਸਿਰੋਂ ਪਾਣੀ ਲੰਘ ਨਾ ਜਾਵੇ ਉਹਨਾਂ ਚਿਰ ਇਹਨਾਂ ਨੂੰ ਜਾਗ ਨਹੀਂ ਆਉਂਦੀ। ਅਤੇ ਉਸ ਵੇਲੇ ਹੀ ਜੇ ਸਾਰੇ ਰਲ ਮਿਲ ਕੇ ਹਮਲਾ ਮਾਰ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਦੇ ਮੋਢੇ ਨਾਲ ਮੋਢਾ ਸਾਰਾ ਪੰਜਾਬ ਲਾ ਕੇ ਅਗਰ ਇਹ ਹਮਲਾ ਮਾਰਦਾ ਤਾਂ ਇਹ ਸਾਰੇ ਕੰਮ ਉਦੋਂ ਹੀ ਹੋ ਜਾਣੇ ਸੀ ਜਿਨ੍ਹਾਂ ਵਾਸਤੇ ਅਸੀਂ ਅੱਜ ਰੋ ਰਹੇ ਹਾਂ। ਅਤੇ ਅੱਜ ਵੀ ਮੈਂ ਇਹ ਗੱਲ ਕਹੂੰਗਾ ਵੀ ਜਿਹੜੇ ਇਹ ਕੰਮਾਂ ਦੇ ਉੱਤੇ ਲੱਗੇ ਹੋਏ ਆ, ਕੋਈ ਕਿਸਾਨੀ ਦਾ ਹੱਕ ਮੰਗ ਰਿਹਾ, ਕੋਈ ਪਾਣੀ ਦਾ ਹੱਕ ਮੰਗ ਰਿਹਾ ਪੰਜਾਬ ਦੇ ਪਾਣੀ ਦਾ, ਜਾਂ ਹੋਰ ਜਿਹੜੇ ਸਿੱਖਾਂ ਦੇ ਹੱਕ ਨੇ ਜਾਂ ਪੰਜਾਬ ਦੇ ਹੱਕ ਨੇ, ਸਾਰੇ ਪੰਜਾਬ ਨੂੰ ਮੋਢੇ ਨਾਲ ਮੋਢਾ ਜੋੜ ਕੇ ਇਸ ਲਹਿਰ ਦੇ ਵਿੱਚ ਜੋੜਨਾ ਚਾਹੀਦਾ। ਕਿਉਂਕਿ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿੱਦਣ ਪੰਜਾਬ ਰੇਗਿਸਤਾਨ ਬਣ ਜਾਏਗਾ ਅਗਰ ਪਾਣੀ ਦੀ ਮੰਗ ਨਹੀਂ ਪੂਰੀ ਹੁੰਦੀ, ਪਾਣੀ ਦੇ ਮਸਲੇ ਵੱਲ ਧਿਆਨ ਨਹੀਂ ਦਿੱਤਾ ਜਾਂਦਾ। ਪਰ ਇਹ ਗੱਲਾਂ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਅੱਜ ਤੋਂ 35 ਸਾਲ ਤੋਂ ਵੀ ਪਹਿਲਾਂ ਕੀਤੀਆਂ ਸੀ, ਅਤੇ ਜਦੋਂ ਇਹਨਾਂ ਨੇ ਅਟੈਕ ਵੀ ਕੀਤਾ 3 ਜੂਨ ਨੂੰ, ਉਦੋਂ ਵੀ ਇੱਕ ਤਰਫਾ ਕਰਫਿਊ ਲਾਇਆ ਹੋਇਆ ਸੀਗਾ। ਕਹਿਣ ਤੋਂ ਭਾਵ ਵੀ ਸਿੱਖਾਂ ਨੂੰ ਦਰਬਾਰ ਸਾਹਿਬ ਜਾਣ ਦੀ ਖੁੱਲ੍ਹ ਸੀਗੀ ਕਿਉਂਕਿ ਗੁਰੂ ਸਾਹਿਬ ਜੀ ਦਾ ਗੁਰਪੁਰਬ ਸੀਗਾ, ਪਰ ਦਰਬਾਰ ਸਾਹਿਬ ਤੋਂ ਬਾਹਰ ਨਹੀਂ ਸੀ ਕਿਸੇ ਨੂੰ ਵੀ ਜਾਣ ਦਿੱਤਾ ਜਾਂਦਾ ਕਿ ਇਹ ਸਰਕਾਰ ਨੇ ਪਹਿਲਾਂ ਹੀ ਸੋਚਿਆ ਹੋਇਆ ਸੀਗਾ ਵੀ ਅਸੀਂ ਮਤਲਬ ਕਿ ਸਿੱਖਾਂ ਦੀ ਨਸ਼ਲ ਕੁਸੀ ਕਰਨੀ ਆ, ਇਹਨਾਂ ਦੀ ਪਲੈਨਿੰਗ ਸੀਗੀ। ਪਰ ਸਾਡੇ ਬਹੁਤੇ ਸਿੱਖ ਅੱਜ ਵੀ ਇਹ ਗੱਲਾਂ ਸੋਚਦੇ ਆ ਵੀ ਸ਼ਾਇਦ ਉਹ ਕੋਈ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਪਰਸਨਲ ਮਸਲਾ ਸੀ ਜਾਂ ਟਕਸਾਲ ਦਾ ਪਰਸਨਲ ਮਸਲਾ ਸੀਗਾ। ਅਤੇ ਆਓ ਮੈਂ ਤੁਹਾਨੂੰ ਉਹਨਾਂ ਮਤਿਆਂ ਦੇ ਬਾਰੇ ਜਾਣੂ ਕਰਵਾਵਾਂ ਜਿਹੜੇ ਸੰਤ ਗਿਆਨੀ ਜਰਨੈਲ ਸਿੰਘ ਜੀ ਨੇ ਜਾਂ ਸਾਰਿਆਂ ਨੇ ਸਲਾਹ ਕਰਕੇ ਉਸ ਵੇਲੇ ਰੱਖੇ ਸੀਗੇ। ਉਸ ਦੇ ਵਿੱਚ ਜਿਹੜਾ ਪਹਿਲਾ ਮਤਾ ਸੀਗਾ ਉਹ ਇਹ ਸੀਗਾ ਵੀ ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਲਈ 94% ਕੁਰਬਾਨੀਆਂ ਕੀਤੀਆਂ, ਸੋ ਇਸ ਗੱਲ ਨੂੰ ਮੁੱਖ ਰੱਖਦਿਆਂ ਅਮੈਰੀਕਾ ਕੈਨੇਡਾ ਵਾਂਗ ਪੰਜਾਬ ਨੂੰ ਖੁਦ ਮੁਖਤਿਆਰੀ ਦਿੱਤੀ ਜਾਵੇ ਕਿਉਂਕਿ ਜਿਹੜੀ ਆਜ਼ਾਦੀ ਆ ਉਹ ਸਿੱਖਾਂ ਨੇ ਹੀ ਦਵਾਈ ਸੀ। ਅਤੇ ਇੱਥੇ ਵੀ ਅਮੈਰੀਕਾ ਦੇ ਵਿੱਚ ਵੀ ਜਿਵੇਂ ਹਰੇਕ ਸਟੇਟ ਆ, ਕੈਲੀਫੋਰਨੀਆ ਦੇ ਵਿੱਚ ਅਸੀਂ ਅੱਜ ਖੜ੍ਹੇ ਹਾਂ, ਇਸ ਕੈਲੀਫੋਰਨੀਆ ਦੇ ਕੁਝ ਆਪਣੇ ਕਾਨੂੰਨ ਨੇ, ਉਹਨਾਂ ਕਾਨੂੰਨਾਂ ਦੇ ਉੱਤੇ ਜਿਹੜੀ US ਦੀ ਗੌਰਮੈਂਟ ਆ ਉਹ ਧੱਕੇਸ਼ਾਹੀ ਨਾਲ, ਹੋਰ ਕੋਈ ਕਾਨੂੰਨ ਨਹੀਂ ਲਾਗੂ ਕਰ ਸਕਦੀ।
ਇਹਨਾਂ ਦੇ ਕੁਝ ਰਾਖਵੇਂ ਹੱਕ ਨੇ ਵੀ ਇਹ ਸਾਡੇ ਕਾਨੂੰਨ ਨੇ ਵੱਖਰੇ ਨੇ, ਵੱਖੋ ਵੱਖਰੀਆਂ ਸਟੇਟਾਂ ਦੇ ਵੱਖਰੇ ਕਾਨੂੰਨ ਨੇ। ਸੋ ਵੀ ਇੱਦਾਂ ਪੰਜਾਬ ਨੂੰ ਜਿਹੜੀ ਆ ਖੁਦ ਮੁਖਤਿਆਰੀ ਦਿੱਤੀ ਜਾਵੇ। ਅਤੇ ਇਸ ਤਰ੍ਹਾਂ ਸਾਧ ਸੰਗਤ ਜੀ, ਜੋ ਦੂਜਾ ਮਤਾ ਹੈ, ਪੰਜਾਬ ਵਿੱਚੋਂ ਲੰਘਦੇ ਦਰਿਆਵਾਂ ਨੂੰ ਇੰਟਰਨੈਸ਼ਨਲ ਕਾਨੂੰਨ ਅਨੁਸਾਰ ਪਹਿਲਾਂ ਪਾਣੀਆਂ ਦੇ ਕਬਜ਼ੇ ਦਾ ਹੱਕ ਪੰਜਾਬ ਨੂੰ ਦਿੱਤਾ ਜਾਵੇ। ਸੋ ਇਹ ਮੰਗ ਸੰਤਾਂ ਨੇ ਉਦੋਂ ਰੱਖੀ ਸੀ, ਅੱਜ ਸਾਰਾ ਪੰਜਾਬ ਪੰਜਾਬ ਦੇ ਪਾਣੀਆਂ ਨੂੰ ਰੋ ਰਿਹਾ। ਉਸ ਵੇਲੇ ਰੱਖੀ ਸੀ, ਪਰ ਉਸ ਵੇਲੇ ਲੋਕ ਸਾਰੇ ਕਹਿ ਲਈਏ ਵੀ ਸੰਤਾਂ ਦੇ ਮੋਢੇ ਨਾਲ ਮੋਢਾ ਲਾ ਕੇ ਨਹੀਂ ਖੜ੍ਹੇ ਹੋਏ ਪੰਜਾਬ ਦੇ, ਸਮਝਦੇ ਸੀ ਵੀ ਸ਼ਾਇਦ ਇਸ ਚੀਜ਼ ਦੀ ਕੋਈ ਲੋੜ ਨਹੀਂ ਗੀ। ਅਤੇ ਜਿਹੜਾ ਬ੍ਰਹਮ ਗਿਆਨੀ ਹੁੰਦਾ ਉਹਦੀ ਲੰਮੀ ਸੋਚ ਹੁੰਦੀ ਆ ਵੀ ਆਉਣ ਵਾਲੇ ਸਮੇਂ 'ਚ ਕੀ ਹੋਣਾ ਆ। ਇਸ ਕਰਕੇ ਸੰਤਾਂ ਨੇ ਮੰਗ ਰੱਖੀ ਸੀਗੀ ਵੀ ਪੰਜਾਬ ਦੇ ਪਾਣੀ ਦਾ ਹੱਲ ਜੇ ਉਦੋਂ ਹੀ ਹੋ ਜਾਂਦਾ ਤਾਂ ਸਾਨੂੰ ਜੋ ਕੁਝ ਅੱਜ ਵੇਖਣਾ ਪੈ ਰਿਹਾ ਕੁਝ ਨਹੀਂ ਸੀ ਵੇਖਣਾ ਪੈਣਾ। ਸਾਧ ਸੰਗਤ ਜੀ, ਜਿਹੜਾ ਤੀਜਾ ਮਤਾ ਆਇਆ, ਦੇਸ਼ ਦੇ ਕਾਨੂੰਨੀ ਨੋਟਾਂ 'ਤੇ 1947 ਤੋਂ ਪਹਿਲਾਂ ਫਾਂਸੀ ਚੜ੍ਹਨ ਵਾਲੇ ਸ਼ਹੀਦਾਂ ਦੀਆਂ ਫੋਟੋਆਂ ਲਾਈਆਂ ਜਾਣ, ਜੋ ਕਿ ਹੁਣ ਸਿਰਫ ਗਾਂਧੀ ਦੀ ਲੱਗੀ ਹੈ। ਸੋ ਜਿਵੇਂ ਕਹਿ ਲਈਏ ਵੀ ਗਾਂਧੀ ਦਾ ਤਾਂ ਹੁਣ ਟੀਵੀ 'ਤੇ ਵੀ ਆ ਚੁੱਕਾ ਆ, ਟੀਵੀ ਚੈਨਲਾਂ ਦੇ ਉੱਤੇ ਵੀ ਹਿੰਦੂ ਵੀ ਬੋਲੀ ਜਾ ਰਹੇ ਨੇ ਵੀ ਗਾਂਧੀ ਕੋਲ ਬਹੁਤਾ ਵਧੀਆ ਨਹੀਂ ਸੀ, ਇਹਨੇ ਦੇਸ਼ ਦੇ ਵਿੱਚ ਗੱਦਾਰੀ ਕੀਤੀ, ਗੋਰਿਆਂ ਦੇ ਨਾਲ ਰਲਿਆ ਹੋਇਆ ਸੀਗਾ। ਅਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਭਗਤ ਸਿੰਘ ਵਰਗਿਆਂ ਨੇ, ਊਧਮ ਸਿੰਘ ਵਰਗਿਆਂ ਨੇ, ਉਹਨਾਂ ਨੂੰ ਮਤਲਬ ਕਿ ਕੋਈ ਯਾਦ ਵੀ ਨਹੀਂ ਕਰਦਾ ਬਹੁਤੇ, ਜੇ ਆਪਾਂ ਕਹੀਏ ਅੱਜ ਪੰਜਾਬ ਦੇ ਵਿੱਚ। ਸੋ ਇਹ ਸੰਤਾਂ ਨੇ ਮੰਗ ਰੱਖੀ ਸੀ ਵੀ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨੋਟਾਂ 'ਤੇ ਛਪਣੀਆਂ ਚਾਹੀਦੀਆਂ। ਜੋ ਚੌਥਾ ਮਤਾ ਸੀ ਉਹ ਇਹ ਸੀ ਕਿ ਜਿਸ ਤਰ੍ਹਾਂ ਹਿੰਦੂ ਧਰਮ ਜਿਹੜੇ ਆ ਉਹਨਾਂ ਦੇ ਚਾਰ ਧਾਰਮਿਕ ਸਥਾਨ ਜਿੱਦਾਂ ਹਰਿਦੁਆਰ, ਰਿਸ਼ੀਕੇਸ਼, ਮਥੁਰਾ ਇਤਿਹਾਸਿਕ, ਉਹਨਾਂ ਸਥਾਨਾਂ 'ਤੇ ਮੀਟ, ਸ਼ਰਾਬ, ਤੰਬਾਕੂ ਦੀ ਵਰਤੋਂ ਨਹੀਂ ਕੀਤੀ ਜਾਂਦੀ, ਉਹਨਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਆ। ਇਸੇ ਤਰ੍ਹਾਂ ਡਿੱਠੇ ਸੱਭੇ ਥਾਪ ਨਹੀਂ ਤੁੱਤ ਜਿਹੇ ਆ, ਗੁਰੂ ਰਾਮਦਾਸ ਦੀ ਨਗਰੀ ਸ੍ਰੀ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਜਾਵੇ। ਹਾਂਜੀ ਸਾਧ ਸੰਗਤ ਜੀ, ਪੰਜਵਾਂ ਮਤਾ ਸੀਗਾ ਪੰਜਾਬ ਦੇ ਵਿੱਚ ਹੋਣ ਵਾਲੀ ਕੋਈ ਵੀ ਫਸਲ ਜਿਵੇਂ ਕਣਕ, ਝੋਨਾ, ਉਸ ਦੀ ਕੀਮਤ ਪੰਜਾਬ ਸਰਕਾਰ ਤੈਅ ਕਰੇ ਤਾਂ ਜੋ ਸੈਂਟਰ ਸਰਕਾਰ ਉਸ ਦੀ ਫਸਲ ਦੀ ਕੀਮਤ ਨਾ ਤੈਅ ਕਰ ਸਕੇ, ਜੋ ਅੱਜ ਹੋ ਰਿਹਾ ਹੈ। ਜਿਵੇਂ ਕਿ ਅੱਜ ਤੁਸੀਂ ਵੇਖ ਲਓ ਵੀ ਸਾਰੇ ਇੰਡੀਆ ਦੇ ਵਿੱਚ ਹੀ ਕਿਸਾਨਾਂ ਨੇ ਧਰਨਾ ਲਾਇਆ ਹੋਇਆ ਵੀ ਇਹ ਸਾਨੂੰ ਹੱਕ ਹੋਣਾ ਚਾਹੀਦਾ ਇਸ ਦਾ, ਵੀ ਕਿੰਨੇ ਨੂੰ ਅਸੀਂ ਫਸਲ ਵੇਚਣੀ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਕਿੰਨਾ ਖਰਚਾ ਹੁੰਦਾ ਅਤੇ ਇਹਦੇ ਵਿੱਚ ਇੱਕ ਟੀਮ ਵਰਕ ਹੁੰਦਾ ਆ। ਜਿਵੇਂ ਆਪਾਂ ਕਹਿ ਲਈਏ ਵੀ ਕਿਸਾਨ ਆ ਅਤੇ ਘਰ ਵੀ ਜਿਹੜੇ ਉਹਦਾ ਘਰ ਪਰਿਵਾਰ ਨੇ, ਕੋਈ ਮੱਝਾਂ ਨੂੰ ਪੱਠੇ ਪਾ ਰਿਹਾ, ਕੋਈ ਕੁਝ ਕਰ ਰਿਹਾ, ਸਾਰਿਆਂ ਦਾ ਟੀਮ ਵਰਕ ਹੁੰਦਾ ਇੱਕ ਕਿਸਾਨੀ ਪਾਲਣ ਦੇ ਵਿੱਚ, ਅਤੇ ਉਹਨਾਂ ਨੂੰ ਉਹ ਸਾਰਿਆਂ ਦੀ ਲੇਬਰ ਵੀ ਨਹੀਂ ਮਿਲਦੀ। ਸੋ ਇਹ ਧੱਕੇਸ਼ਾਹੀਆਂ ਹੋ ਰਹੀਆਂ, ਗੱਲ ਸੰਤਾਂ ਨੇ 35 ਸਾਲ ਪਹਿਲਾਂ ਉਠਾਈ ਸੀ ਅਤੇ ਅੱਜ ਵੀ ਮੈਂ ਕਹਿੰਦਾ ਸਾਰਾ ਪੰਜਾਬ ਜਾਗ ਜਾਓ ਜੇ ਤੁਸੀਂ ਆਪਣੇ ਪੰਜਾਬ ਨੂੰ ਬਚਾਉਣਾ ਆ। ਅਤੇ ਉਸ ਤੋਂ ਅਗਲਾ ਜਿਹੜਾ ਮਤਾ ਸੀਗਾ ਉਹ ਇਹ ਸੀਗਾ ਹਿੰਦੂਆਂ ਦੇ ਚਾਰ ਵੱਡੇ ਧਾਮਾਂ ਉੱਤੇ ਚਾਰ ਵੱਡੇ ਆਕਾਸ਼ਵਾਣੀ ਟਰਾਂਸਮੀਟਰ ਹਨ, 24 ਘੰਟੇ ਚੱਲਦੇ ਹਨ। ਸੋ ਇਸ ਤਰ੍ਹਾਂ ਅੰਮ੍ਰਿਤਸਰ ਸ਼੍ਰੀ ਦਰਬਾਰ ਸਾਹਿਬ ਟਰਾਂਸਮੀਟਰ ਲਾਇਆ ਜਾਵੇ ਤਾਂ ਜੋ ਸਾਰੇ ਦੂਰ ਦੁਰਾਡੇ ਸਿੱਖ ਗੁਰਬਾਣੀ ਸੁਣ ਸਕਣ, ਜਿਸ ਦਾ ਖਰਚਾ ਵੀ ਸਿੱਖ ਆਪ ਕਰਨਗੇ। ਅਤੇ ਇਹ ਇਸ ਤਰ੍ਹਾਂ ਆ ਵੀ ਹਜੇ ਵੀ ਜਿਹੜਾ ਸਾਡਾ ਦਰਬਾਰ ਸਾਹਿਬ ਦਾ ਕੀਰਤਨ ਆ, ਚਲੋ ਚੰਗੀ ਗੱਲ ਹੈ, ਰੇਡੀਓ 'ਤੇ ਬਹੁਤ ਪਹਿਲਾਂ ਆਉਣ ਲੱਗ ਪਿਆ ਸੀਗਾ 2 ਘੰਟੇ ਸਵੇਰੇ ਅਤੇ ਕੁਝ ਕੁ ਸਮਾਂ ਸ਼ਾਮਾਂ ਨੂੰ, ਅਤੇ ਅੱਜ ਕੱਲ੍ਹ ਟੀ ਵੀ 'ਤੇ ਵੀ ਆ ਰਿਹਾ, ਪਰ 24 ਘੰਟੇ ਵਾਸਤੇ ਹਜੇ ਵੀ ਕੋਈ ਮਤਲਬ ਕਿ ਉੱਥੇ ਇੱਦਾਂ ਦੇ ਸਿਸਟਮ ਨਹੀਂ ਲੱਗੇ ਹੋਏ। ਹਾਂ, ਇੰਟਰਨੈੱਟ 'ਤੇ ਜ਼ਰੂਰ ਹੈਗਾ ਵੀ ਜੇ ਇੰਟਰਨੈੱਟ 'ਤੇ ਕਿਸੇ ਨੇ ਕੀਰਤਨ ਸੁਣਨਾ ਤਾਂ ਉਹ ਸੁਣ ਸਕਦਾ, ਪਰ ਰੇਡੀਓ ਸਿਸਟਮ ਅਜੇ ਤੱਕ ਵੀ ਨਹੀਂ ਕੋਈ ਹੈਗਾ। ਪਰ ਫਿਰ ਵੀ ਚਲੋ ਇੰਨਾ ਕੁ ਚੰਗਾ ਹੋਇਆ, ਜਿਹੜਾ ਟੀ ਵੀ 'ਤੇ ਵੀ ਆਉਂਦਾ, ਰੇਡੀਓ 'ਤੇ ਵੀ ਆਉਂਦਾ, ਅਤੇ ਅੱਜ ਵੀ ਅਸੀਂ ਉਹ ਮੰਗ ਕਰਾਂਗੇ, ਕਿਉਂਕਿ ਹਰ ਕੋਈ ਸਿੱਖ ਹਰ ਵੇਲੇ ਵਿਹਲਾ ਨਹੀਂ ਹੁੰਦਾ ਵੀ 24 ਘੰਟੇ ਦਾ ਉੱਥੋਂ
ਜਿਹੜਾ ਕੋਈ ਨਾ ਕੋਈ ਰੇਡੀਓ ਸਟੇਸ਼ਨ ਹੋਣਾ ਚਾਹੀਦਾ, ਜਦੋਂ ਵੀ ਕਿਸੇ ਦਾ ਜੀ ਕਰੇ ਉਹ ਲਾ ਕੇ ਗੁਰਬਾਣੀ ਸਰਵਣ ਕਰ ਸਕੇ। ਇਸ ਤੋਂ ਅਗਲਾ ਜੋ ਮਤਾ ਹੈ ਉਹ ਹੈ ਜੀ, ਜੋ 1947 ਤੋਂ ਪਹਿਲਾਂ ਅੰਗਰੇਜ਼ਾਂ ਦੇ ਰਾਜ ਵਿੱਚ ਕੋਈ ਪੰਜਾਬੀ ਫਾਂਸੀ ਚੜ੍ਹਿਆ, ਉਸ ਦੀ ਸ਼ਹੀਦੀ ਵਾਲੇ ਦਿਨ ਉਸ ਇਲਾਕੇ ਵਿੱਚ ਫੰਡ ਵੰਡੇ ਜਾਣ। ਸਤਸੰਗ ਜੀ, 8ਵਾਂ ਮਤਾ ਹੈ ਸਰਕਾਰੀ ਤੌਰ 'ਤੇ ਸਮਾਰੋਹ ਕੀਤੇ ਜਾਣ ਤਾਂ ਜੋ ਸ਼ਹੀਦ ਦੀ ਸ਼ਹੀਦੀ ਦਾ ਮਾਣ ਇਲਾਕੇ ਵਿੱਚ ਬਰਕਰਾਰ ਹੋਵੇ। ਸੋ ਇਹ ਇਸ ਵਾਸਤੇ ਸੀਗਾ ਵੀ ਜਿਵੇਂ ਕਹਿ ਲਈਏ ਵੀ ਅੱਜ ਵੀ ਇੰਡੀਆ ਦੀਆਂ ਲੜਾਈਆਂ ਬਾਅਦ 'ਚੋਂ ਵੀ ਹੋਈਆਂ, ਪਾਕਿਸਤਾਨ ਨਾਲ ਵੀ ਹੋਈ ਆ, ਚੀਨ ਨਾਲ ਵੀ ਹੋਈ ਆ, ਹੋਰਨਾਂ ਥਾਵਾਂ 'ਤੇ ਵੀ ਹੋਈ ਆ। ਜੇ ਅਸੀਂ ਸ਼ਹੀਦਾਂ ਦੇ ਸਮਾਗਮ ਨਹੀਂ ਕਰਾਵਾਂਗੇ, ਉਹਨਾਂ ਦੇ ਆਪਣਾ ਦਿਨ ਨਹੀਂ ਮਨਾਵਾਂਗੇ, ਤਾਂ ਉਤਸ਼ਾਹ ਕਿਸੇ ਨੂੰ ਕਿੱਥੋਂ ਆਏਗਾ ਵੀ ਦੇਸ਼ ਕੌਮ ਲਈ ਵੀ ਕੋਈ ਕੁਰਬਾਨੀ ਕਰਨੀ ਚਾਹੀਦੀ ਹੈ। ਹਾਂਜੀ, ਜੋ 9ਵਾਂ ਮਤਾ ਸੀ ਉਹ ਇਹ ਸੀ ਕਿ ਜਿਸ ਵੇਲੇ ਦੇਸ਼ ਆਜ਼ਾਦ ਹੋਇਆ ਉਦੋਂ ਪਹਿਲਾਂ ਜੋ ਚੰਡੀਗੜ੍ਹ ਸੀ ਜਾਂ ਹੋਰ ਜਿਹੜੇ ਪੰਜਾਬੀ ਬੋਲਦੇ ਇਲਾਕੇ ਸਨ ਉਹ ਪੰਜਾਬ ਦੇ ਕੋਲ ਸਨ, ਉਹ ਇਲਾਕੇ ਪੰਜਾਬ ਨੂੰ ਵਾਪਸ ਕੀਤੇ ਜਾਣ। ਸੋ ਇੱਥੇ ਮੈਂ ਆਹ ਵੀ ਦੱਸ ਦੇਵਾਂ, ਗੁਰੂ ਪਿਆਰਿਓ, ਜਦੋਂ ਖਾਲਸਾ ਰਾਜ ਸੀਗਾ ਉਸ ਵੇਲੇ ਪੰਜਾਬ, ਹਰਿਆਣਾ ਅਤੇ ਹਿਮਾਚਲ ਇਹ ਸਾਰਾ ਇੱਕੋ ਹੀ ਹੁੰਦਾ ਸੀਗਾ ਮਹਾਰਾਜਾ ਰਣਜੀਤ ਸਿੰਘ ਦੇ ਅੰਡਰ, ਅਤੇ ਕਿਸੇ ਨੇ ਮੰਗ ਵੀ ਨਹੀਂ ਕੀਤੀ ਵੀ ਹਰਿਆਣੇ ਨੂੰ ਵੱਖਰਾ ਬਣਾਇਆ ਜਾਵੇ ਜਾਂ ਹਿਮਾਚਲ ਨੂੰ ਵੱਖਰਾ ਬਣਾਇਆ ਜਾਵੇ। ਅਤੇ ਇਹਨਾਂ ਨੇ ਬਿਨਾਂ ਪਿੱਛੋਂ ਹੀ ਬਣਾ ਦਿੱਤੇ ਆ ਅਤੇ ਪੰਜਾਬ ਨੂੰ ਵੱਢ ਕੇ ਛੋਟਾ ਕਰ ਦਿੱਤਾ। ਪਰ ਜਿੱਥੇ ਸਿੱਖਾਂ ਦੀ ਮੰਗ ਸੀ ਕਿ ਪੰਜਾਬ ਨੂੰ ਪੰਜਾਬੀ ਸੂਬਾ ਐਲਾਨਿਆ ਜਾਵੇ, ਪੰਜਾਬੀ ਬੋਲਦਾ ਇਲਾਕਾ ਐਲਾਨਿਆ ਜਾਵੇ, ਉਹ ਅੱਜ ਤੱਕ ਵੀ ਜਿਹੜੀ ਆ ਸਿੱਖਾਂ ਦੀ ਇਹ ਮੰਗ ਪੂਰੀ ਨਹੀਂ ਹੋਈ। ਅਤੇ ਦੂਜਾ ਇਸ ਤਰ੍ਹਾਂ ਸੀਗਾ ਵੀ ਅੱਜ ਅਸੀਂ ਪੰਜਾਬੀ ਦੇ ਜਿਹੜੇ ਸਾਈਨ ਬੋਰਡ ਆ ਉਹ ਤੁਸੀਂ ਪੰਜਾਬ ਦੇ ਵਿੱਚ ਵੇਖਿਆ ਵੀ ਲਹਿਰ ਚੱਲੀ ਹੋਈ ਆ, ਹਿੰਦੀ ਅਤੇ ਇੰਗਲਿਸ਼ ਦੇ ਉੱਤੇ ਕਾਲਾ ਪੇਂਟ ਫੇਰਿਆ ਜਾ ਰਿਹਾ ਵੀ ਪੰਜਾਬੀ ਨੂੰ ਸਭ ਤੋਂ ਉੱਤੇ ਕੀਤਾ ਜਾਵੇ। ਹਾਂਜੀ, ਸੋ ਕਿੰਨੇ ਚਿਰ ਬਾਅਦ ਜਾਗ ਆਈ ਆ ਲੋਕਾਂ ਨੂੰ, ਪਰ ਅੱਜ ਵੀ ਮੈਂ ਕਹਿੰਦਾ ਇਸ ਲਹਿਰ ਦੇ ਨਾਲ ਸਾਰੇ ਜੁੜੋ ਅਤੇ ਪੰਜਾਬ ਨੂੰ ਪੰਜਾਬੀ ਬੋਲਦਾ ਜਿਹੜਾ ਇਲਾਕਾ ਆ ਸਰਕਾਰ ਕੋਲੋਂ ਮਤਲਬ ਕਿ ਐਲਾਨਿਆ ਜਾਵੇ ਅਤੇ ਪੰਜਾਬੀ ਨੂੰ ਪੰਜਾਬ ਦੇ ਵਿੱਚ ਪਹਿਲ ਹੋਵੇ। ਹਾਂਜੀ, ਸਾਧ ਸੰਗਤ ਜੀ, 10ਵਾਂ ਮਤਾ ਸੀ MA ਜਾਂ BA ਜਾਂ ਉਸ ਤੋਂ ਵੱਧ ਪੜ੍ਹਾਈ ਕਰਨ ਵਾਲਿਆਂ ਨੂੰ ਜਿੰਨਾ ਚਿਰ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਗੁਜ਼ਾਰੇ ਜੋਗਾ ਭੱਤਾ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਵਿੱਚ ਪੜ੍ਹਾਈ ਲਈ ਉਤਸ਼ਾਹ ਬਣੇ। ਸੋ ਇਹ ਇਸ ਵਾਸਤੇ ਵੀ ਸੀਗਾ ਜਿਵੇਂ ਹੁਣ ਆਪਾਂ ਕਹੀਏ ਵੀ ਵੇਖ ਲਓ ਜਿਹੜਾ ਇੰਡੀਆ ਦਾ ਧਨ ਆ ਉਹ ਆਉਂਦਾ ਤਾਂ ਸਰਕਾਰ ਕੋਲ, ਲੋਕਾਂ ਕੋਲੋਂ ਹੀ ਆਉਣਾ, ਲੋਕ ਟੈਕਸ ਭਰਦੇ ਆ ਅਤੇ ਸਰਕਾਰਾਂ ਜਿਹੜੀਆਂ ਨੇ ਕਰੋੜਾਂ ਰੁਪਈਆ ਸਵਿਸ ਬੈਂਕਾਂ ਦੇ ਵਿੱਚ ਇਹਨਾਂ ਨੇ ਹਰ ਕਿਸੇ ਨੇ ਆਪੋ ਆਪਣੇ ਖਾਤੇ ਖਿਲਾਏ ਹੋਏ ਆ ਅਤੇ ਜਮ੍ਹਾਂ ਕੀਤਾ ਹੋਇਆ ਆ, ਪਰ ਪੰਜਾਬ ਦੇ ਵਿੱਚ ਜਾਂ ਕਹਿ ਲਈਏ ਸਾਰੇ ਇੰਡੀਆ ਦੇ ਵਿੱਚ ਹੀ ਬਹੁਤ ਜ਼ਿਆਦਾ ਬੇਰੁਜ਼ਗਾਰੀ ਆ, ਪੜ੍ਹਾਈ ਕਰਕੇ ਵੀ ਉਹ ਨਸ਼ੇ ਕਰ ਰਹੇ ਨੇ। ਸੋ ਜੇ ਇਹਨਾਂ ਨੂੰ ਥੋੜ੍ਹਾ ਬਹੁਤਾ ਕੁਝ ਮਿਲਦਾ ਹੁੰਦਾ ਅਤੇ ਹੋਰ ਵੀ ਪੜ੍ਹਨ ਵਾਲਿਆਂ ਨੂੰ ਉਤਸ਼ਾਹ ਹੁੰਦਾ ਅਤੇ ਅਗਲਿਆਂ ਨੂੰ ਵੀ ਹੁੰਦਾ ਵੀ ਅਸੀਂ ਮਤਲਬ ਕਿ ਪੜ੍ਹਾਈ ਕੀਤੀ ਆ ਅਤੇ ਸਾਨੂੰ ਕੁਝ ਨਾ ਕੁਝ ਮਿਲ ਰਿਹਾ, ਫਿਰ ਉਹ ਜਿਹੜੇ ਨੌਜਵਾਨ ਨੇ ਉਹ ਕ੍ਰਿਤੀਆਂ ਵੱਲ ਨਹੀਂ ਪੈਂਦੇ। ਅਤੇ ਦੂਜਾ ਇਹ ਸੀਗਾ ਵੀ ਉਹਨਾਂ ਕੋਲੋਂ ਮੰਨ ਲਓ ਵੀ ਜੇ ਹੁਣ ਉਹਨਾਂ ਨੇ ਕੋਈ ਪੜ੍ਹਾਈ ਕੀਤੀ ਆ ਪੰਜਾਬ ਦੇ ਵਿੱਚ, ਜੇ ਤੁਸੀਂ ਸਰਕਾਰ ਚਾਹੁੰਦੀ ਵੀ ਆ ਵੀ ਅਸੀਂ ਇਹਨਾਂ ਨੂੰ ਕੁਝ ਨਾ ਕੁਝ ਮਤਲਬ ਕਿ ਕੰਮ ਵੀ ਲਈਏ, ਜੇ ਅਸੀਂ ਇਹਨਾਂ ਨੂੰ ਪੈਸੇ ਦਿੰਦੇ ਹਾਂ ਤਾਂ ਜਿਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ ਉਹਨਾਂ ਨੂੰ ਫੌਜੀ ਟ੍ਰੇਨਿੰਗ ਦਿੱਤੀ ਜਾ ਸਕਦੀ ਆ, ਜਿਵੇਂ ਸਿੰਗਾਪੁਰ ਦੇ ਵਿੱਚ ਆ ਵੀ ਹਰ ਕਿਸੇ ਨੌਜਵਾਨ ਨੂੰ ਫੌਜੀ ਟ੍ਰੇਨਿੰਗ ਲੈਣੀ ਪੈਂਦੀ ਆ। ਉਹ ਇਸ ਵਾਸਤੇ ਵੀ ਮੰਨ ਲਓ ਵੀ ਕੱਲ੍ਹ ਨੂੰ, ਹਾਲਾਂਕਿ ਸਿੰਗਾਪੁਰ ਦੀ ਕਿਸੇ ਨਾਲ ਕੋਈ ਲੜਾਈ ਨਹੀਂ ਹੈਗੀ, ਇੰਡੀਪੈਂਡੈਂਟ ਦੇਸ਼ ਨੇ, ਪਰ ਫਿਰ ਵੀ ਉੱਥੇ ਟ੍ਰੇਨਿੰਗ ਦਿੱਤੀ ਜਾਂਦੀ ਆ ਨੌਜਵਾਨਾਂ ਨੂੰ ਵੀ ਕੱਲ੍ਹ ਨੂੰ ਜੇ ਸਾਡੇ 'ਤੇ ਕੋਈ ਦੇਸ਼ ਜਾਂ ਦੂਜਾ ਦੇਸ਼ ਹਮਲਾ ਕਰਦਾ ਆ ਤਾਂ ਇਹ ਜਿਹੜੇ ਸਾਡੇ ਨੌਜਵਾਨ ਹੋਣਗੇ ਇਹ ਵੀ ਲੋੜ ਪੈਣ 'ਤੇ ਉਸ ਦੇਸ਼ ਦੇ ਬਰਖਿਲਾਫ ਲੜ ਸਕਣ ਅਤੇ ਆਪਣੇ ਦੇਸ਼ ਨੂੰ ਬਚਾ ਸਕਣ। ਸੋ ਜਾਂ ਹੋਰ ਵੀ ਸੇਵਾਵਾਂ ਉਹਨਾਂ ਕੋਲੋਂ ਲਈਆਂ ਜਾ ਸਕਦੀਆਂ ਸੀ, ਜਿਵੇਂ ਅੱਜ
ਪੰਜਾਬ ਨੂੰ ਇੱਕ ਮਤਲਬ ਕਿ ਸਾਫ ਸੁਥਰਾ ਇਲਾਕਾ ਬਣਾਉਣ ਦਾ ਚੱਲਿਆ ਹੋਇਆ ਵੀ ਅਸੀਂ ਸਫਾਈ ਕਰੀਏ ਜਾਂ ਹੋਰ ਕਈ ਕੁਝ ਕੀਤਾ ਜਾ ਸਕਦਾ ਸੀ ਅਤੇ ਨੌਜਵਾਨੀ ਵੀ ਆਰੇ ਲੱਗ ਸਕਦੀ ਸੀ ਅਤੇ ਨਸ਼ਿਆਂ ਤੋਂ ਬਚ ਸਕਦੀ ਸੀ। ਸੋ ਇਹ ਜਿਹੜੀਆਂ ਮੰਗਾਂ ਉਸ ਵੇਲੇ ਰੱਖੀਆਂ ਗਈਆਂ ਸੀ, ਬਹੁਤ ਸੋਚ ਸਮਝ ਕੇ ਆਉਣ ਵਾਲੇ ਭਵਿੱਖ ਨੂੰ ਵਿਚਾਰ ਕੇ ਰੱਖੀਆਂ ਗਈਆਂ ਸੀ। ਸੋ 11ਵਾਂ ਮਤਾ ਇਹ ਸੀਗਾ ਵੀ ਜਿਹੜੇ ਸਿੱਖਾਂ ਦੇ ਬਰਖਿਲਾਫ਼ ਬੋਲਦੇ ਆ, ਗੁਰੂਆਂ ਦੇ ਜਿਵੇਂ ਕਹਿ ਲਈਏ ਵੀ ਰਾਧਾ ਸਵਾਮੀ ਆ ਜਾਂ ਹੋਰ ਨੇ ਨਰਕਧਾਰੀਏ ਨੇ, ਜਿਵੇਂ ਅੱਜ ਕਈ ਸਿੱਖਾਂ ਨੂੰ ਇਹ ਵੀ ਚਿੰਤਾ ਲੱਗੀ ਹੋਈ ਆ ਵੀ ਇੱਥੇ ਕ੍ਰਿਸਚਨ ਆਏ ਨੇ ਜੀ, ਉਹ ਬੱਚਿਆਂ ਨੂੰ ਕ੍ਰਿਸਚਨ ਬਣਾਈ ਜਾ ਰਹੇ ਆ, ਜਾਂ ਕਹਿ ਲਈਏ ਜਿਹਦੇ ਕਰਕੇ ਜਿਵੇਂ ਨਰਕਧਾਰੀ ਆਇਆ ਸੀਗਾ ਫਿਰ ਉਹਨੂੰ ਮਾਰਿਆ ਵੀ ਸਿੱਖਾਂ ਨੇ। ਸੋ ਮਤਲਬ ਕਿ ਲੜਾਈਆਂ ਪਈਆਂ। ਠੀਕ ਆ, ਇੱਥੇ ਮੈਂ ਇਹ ਗੱਲ ਬੜੀ ਖੁੱਲ੍ਹ ਕੇ ਕਹਿਣਾ ਚਾਹੁੰਦਾ ਵੀ ਜਿਹੜਾ ਕੋਈ ਧਰਮ ਆ, ਜਿਵੇਂ ਕਹਿ ਲਈਏ ਵੀ ਹਿੰਦੂ ਧਰਮ ਆ, ਕ੍ਰਿਸ਼ਨ ਹੋਇਆ, ਰਾਮ ਹੋਇਆ, ਠੀਕ ਆ, ਜਿਨ੍ਹਾਂ ਹਿੰਦੂਆਂ ਨੇ ਉਹਨਾਂ ਨੂੰ ਮੰਨਦੇ ਆ ਜੀ, ਸੱਦ ਕੇ ਮੰਨਣ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਵੀ ਹਿੰਦੂ ਵੀ ਰਹੇ ਆ ਅਤੇ ਮੁਸਲਮਾਨ ਵੀ ਰਹੇ ਆ। ਜਿਵੇਂ ਮੁਸਲਮਾਨ ਧਰਮ ਆ, ਪੁਰਾਣੇ ਧਰਮ ਨੇ ਮੁਹੰਮਦ ਆ ਜਾਂ ਹੋਰ ਸੀਗੇ, ਉਹਨੂੰ ਵੀ ਉਹ ਜੀ ਸੱਦ ਕੇ ਮੰਨਣ। ਜਿਹੜੇ ਸਿੱਖ ਆ ਉਹਨਾਂ ਦਾ ਵੀ 500 ਸਾਲ ਪੁਰਾਣਾ ਧਰਮ ਆ। ਸੋ ਇਸ ਤਰ੍ਹਾਂ ਜਾਂ ਕਹਿ ਲਈਏ ਵੀ ਕ੍ਰਿਸਚੈਨਿਟੀ ਵੀ ਜਿਹੜੀ ਆ ਉਹ ਵੀ ਪੁਰਾਣਾ ਧਰਮ ਆ, ਪਰ ਜਿਹੜੇ ਕ੍ਰਿਸਚਨ ਆ ਇਹ ਸਾਰੀ ਦੁਨੀਆ 'ਤੇ ਆਲਰੇਡੀ ਫੈਲੇ ਹੋਏ ਆ ਅਤੇ ਇਹਨਾਂ ਨੂੰ ਕੋਈ ਇੰਨੀ ਜ਼ਿਆਦਾ ਲੋੜ ਨਹੀਂ ਹੈਗੀ ਵੀ ਇਹ ਇੰਡੀਆ ਦੇ ਵਿੱਚ ਜਾ ਕੇ ਲੋਕਾਂ ਨੂੰ ਕ੍ਰਿਸਚਨ ਬਣਾਉਣ, ਭਾਵੇਂ ਹਿੰਦੂਆਂ ਤੋਂ ਕਿਸੇ ਨੂੰ ਬਣਾ ਰਹੇ ਆ, ਭਾਵੇਂ ਸਿੱਖਾਂ ਤੋਂ ਕਿਸੇ ਨੂੰ ਬਣਾ ਰਹੇ ਆ। ਉਹਦੇ ਨਾਲ ਕੀ ਹੁੰਦਾ ਆ ਵੀ ਫਿਰ ਲੜਾਈਆਂ ਪੈਂਦੀਆਂ। ਫੋਰ ਐਗਜ਼ਾਮਪਲ ਉੜੀਸਾ ਦੇ ਵਿੱਚ ਹਜ਼ਾਰਾਂ ਦੇ ਹਿਸਾਬ ਨਾਲ ਕ੍ਰਿਸਚਨ ਮਾਰੇ ਗਏ ਆ, ਪਰ ਇੱਥੇ 50 ਤੋਂ ਵੱਧ ਕ੍ਰਿਸਚਨ ਕੰਟਰੀਆਂ ਨੇ ਬਾਹਰਲੇ ਦੇਸ਼ ਦੇ ਵਿੱਚ, ਪਰ ਕਿਸੇ ਇੱਕ ਨੇ ਵੀ ਜਾ ਕੇ ਉੱਥੇ ਸਾਰ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਦੀ, ਜਾਂ ਹਾਂ ਦਾ ਨਾਰਾ ਨਹੀਂ ਮਾਰਿਆ, ਉਹ ਕ੍ਰਿਸਚਨਾਂ ਨੂੰ ਬਚਾਉਣ ਵਾਸਤੇ ਨਹੀਂ ਮਤਲਬ ਕਿ ਕੁਝ ਕੀਤਾ। ਸੋ ਜਦੋਂ ਅਸੀਂ ਕਿਸੇ ਨੂੰ ਆਪਣੇ ਧਰਮ ਦੇ ਵਿੱਚ ਅਡਾਪਟ ਕਰਦੇ ਹਾਂ, ਉਹ ਇੱਦਾਂ ਹੁੰਦਾ ਜਿਵੇਂ ਮਾਂ ਪਿਓ ਇੱਕ ਬੱਚੇ ਨੂੰ ਅਡਾਪਟ ਕਰਦੇ ਆ ਅਤੇ ਉਸ ਦੀ ਰਾਖੀ ਕਰਨਾ ਵੀ ਉਹਦਾ ਫਰਜ਼ ਹੁੰਦਾ। ਅਤੇ ਜੇ ਇਹ ਕ੍ਰਿਸਚਨ ਨੇ ਜਾਂ ਹੋਰ ਨੇ, ਮਤਲਬ ਕਿ ਜੇ ਇਹਨਾਂ ਨੂੰ ਜਿਨ੍ਹਾਂ ਨੂੰ ਇਹਨਾਂ ਨੇ ਕਨਵਰਟ ਆਲਰੇਡੀ ਕੀਤਾ ਹੋਇਆ, ਜੇ ਉਹਨਾਂ ਦੀ ਕੋਈ ਸਾਂਭ ਸੰਭਾਲ ਨਹੀਂ ਕਰ ਸਕਦੇ ਤਾਂ ਫਿਰ ਹੋਰ ਲੋਕਾਂ ਨੂੰ ਕਿਉਂ ਕ੍ਰਿਸਚਨ ਬਣਾ ਰਹੇ ਆ? ਇੰਡੀਆ ਦੇ ਵਿੱਚ ਲੜਾਈ ਪਾਉਣ ਵਾਸਤੇ ਹੀ ਬਣਾ ਰਹੇ ਆ ਨਾ, ਕੱਲ੍ਹ ਨੂੰ ਫਿਰ ਇੱਦਾਂ ਦੇ ਕੰਮ ਹੋਣਗੇ। ਸੋ ਇਹ ਜਿਹੜੇ ਕੰਮ ਸੀ, ਚਾਹੇ ਕੋਈ ਹਿੰਦੂਆਂ ਤੋਂ ਕ੍ਰਿਸਚਨ ਬਣ ਰਿਹਾ, ਚਾਹੇ ਕੋਈ ਸਿੱਖਾਂ ਤੋਂ ਬਣ ਰਿਹਾ, ਇਹ ਜਿਹੜੇ ਕੰਮ ਆ ਉਹ ਬੰਦ ਹੋਣੇ ਚਾਹੀਦੇ ਸੀਗੇ। ਹਾਂ, ਜਿਹੜੇ ਕ੍ਰਿਸਚਨ ਨੇ ਇੱਥੇ ਇਹਨਾਂ ਕੰਟਰੀਆਂ 'ਚ ਆਪਣੇ ਧਰਮ ਨੂੰ ਜੀ ਸੱਦ ਕੇ ਮੰਨਣ, ਜਿੰਨਾ ਮਰਜ਼ੀ ਮੰਨਣ, ਭਾਵੇਂ ਨਿੱਤ ਚਰਚਾਂ ਦੇ ਵਿੱਚ ਜਾਣ, ਉਹਦੇ ਨਾਲ ਸਾਨੂੰ ਕੋਈ ਮਤਲਬ ਕਿ ਪ੍ਰੋਬਲਮ ਨਹੀਂ ਗੀ। ਅਤੇ ਜਿਹੜੇ ਹੈਗੇ ਆ ਜਿਵੇਂ ਹੁਣ ਰਾਧਾ ਸਵਾਮੀ ਆ, ਕੱਲ੍ਹ ਉੱਠੇ ਆ, ਹਾਂਜੀ, ਅਤੇ ਉਹ ਸਿੱਖਾਂ ਦੀ ਲੜਾਈ ਹੋ ਰਹੀ ਹੁੰਦੀ ਆ ਉਹਨਾਂ ਦੀ ਕਿਸੇ ਗੱਲ ਤੋਂ, ਜਿਵੇਂ ਹੁਣ ਰਾਧਾ ਸਵਾਮੀ ਕਬਜ਼ਾ ਵੀ ਕਰੀ ਜਾਂਦਾ ਆ ਜ਼ਮੀਨ ਦੇ ਉੱਤੇ, ਜਾਂ ਕਹਿ ਲਈਏ ਹੋਰ ਨੇ ਭਨਿਆਰੇ ਵਾਲੇ ਨੇ, ਨੂਰਮੈਲੀਏ ਨੇ, ਜਿਵੇਂ ਆਪਾਂ ਕਹਿ ਲਈਏ ਵੀ ਸਰਸੇ ਵਾਲਾ ਸੀਗਾ, ਉਹਦੇ ਮਗਰ ਕਿੰਨੇ ਸਪੋਰਟਰ ਜੁੜ ਗਏ ਸੀਗੇ, ਹਾਲਾਂਕਿ ਸਰਕਾਰ ਨੇ ਡਾਂਗ ਵੀ ਫੇਰੀ ਆ। ਸੋ ਇਹੋ ਜਿਹੜੇ ਬਾਬੇ ਜੇ ਪਖੰਡੀ ਉੱਠਦੇ ਆ, ਚੋਰ ਚੱਕੇ ਲੜਾਈਆਂ ਪਾਉਣ ਨਹੀਂ ਹੁੰਦੇ ਆ, ਇਹਨਾਂ ਦੀ ਕੋਈ ਦੇਣ ਨਹੀਂ ਹੁੰਦੀ, ਕਿਸੇ ਦਾ ਕੱਖ ਨਹੀਂ ਸਵਾਰ ਸਕਦੇ। ਸੋ ਇਹੋ ਜਿਹੜੇ ਕੰਮ ਆ ਉਹ ਬੰਦ ਹੋਣੇ ਚਾਹੀਦੇ ਆ, ਜਿਹਦੇ ਕਰਕੇ ਪੰਜਾਬ ਦੇ ਵਿੱਚ ਜਾਂ ਹੋਰਨਾਂ ਸਟੇਟਾਂ ਦੇ ਵਿੱਚ ਵੀ ਸ਼ਾਂਤੀ ਬਰਕਰਾਰ ਰਹੇ। ਇਸ ਕਰਕੇ ਜਿਹੜੀ ਮੰਗ ਆ ਉਸ ਵੇਲੇ ਰੱਖੀ ਗਈ ਸੀ। ਮਤਾ ਨੰਬਰ 12 ਹੈ ਜੀ, ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗ ਲਾਉਣ ਵਾਲੇ ਉੱਤੇ ਕਤਲ ਦਾ ਮੁਕੱਦਮਾ ਦਰਜ ਹੋਵੇ, ਕਿਉਂਕਿ ਅਸੀਂ ਇਹਨਾਂ ਨੂੰ ਹਾਜ਼ਰ ਨਾਜ਼ਰ 11ਵੇਂ ਗੁਰੂ ਮੰਨਦੇ ਹਾਂ। ਸੋ ਗੁਰੂ ਪਿਆਰਿਓ, ਵੇਖੋ ਕਿੰਨੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ। ਜੇ ਇਹ ਕੰਮ ਉਸੇ ਵੇਲੇ ਹੀ ਹੋ ਜਾਂਦਾ ਵੀ ਜੇ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਉੱਤੇ ਕਤਲ ਦਾ ਕੇਸ ਦਰਜ ਹੋਵੇ,
ਅਤੇ ਕੀ ਕਿਸੇ ਦੀ ਜ਼ਰੂਰਤ ਪੈਣੀ ਸੀ ਵੀ ਪੰਜਾਬ ਦੇ ਵਿੱਚ ਕੋਈ ਬੇਅਦਬੀ ਕਰ ਜਾਂਦਾ ਗੁਰੂ ਗ੍ਰੰਥ ਸਾਹਿਬ ਦੀ। ਸੋ ਇਸ ਕਰਕੇ ਸੰਤਾਂ ਦੀ ਲੰਮੀ ਸੋਚ ਸੀ। ਅੱਜ ਵੀ ਮੈਂ ਕਹਿੰਦਾ ਹੈ ਜਿਹੜੀਆਂ ਮੰਗਾਂ ਨੇ ਜੇ ਪੂਰੀਆਂ ਕਰਵਾ ਲਈਆਂ ਜਾਣ ਜਿਵੇਂ ਮਰਜ਼ੀ ਭਾਵੇਂ ਸ਼ਾਂਤੀ ਨਾਲ ਜਾਂ ਜਿਵੇਂ ਮਰਜ਼ੀ, ਅਤੇ ਇਹਨਾਂ ਦੇ ਨਾਲ ਇਹ ਆ ਵੀ ਪੰਜਾਬ 'ਚ ਫਿਰ ਆਉਣ ਵਾਲੇ ਸਮੇਂ 'ਚ ਲੰਮੇ ਸਮੇਂ ਵਾਸਤੇ ਸ਼ਾਂਤੀ ਬਣੀ ਰਹਿ ਸਕਦੀ ਆ। ਅਤੇ ਜੇ ਸਿੱਖਾਂ ਨੂੰ ਸਿੱਖਾਂ ਦੇ ਹੱਕ ਹੀ ਨਹੀਂ ਦੇਣੇ ਅਤੇ ਉੱਤੋਂ ਕਹਿਣਾ ਜੀ ਇਹ ਅੱਤਵਾਦੀ ਆ, ਅਤੇ ਫਿਰ ਇਹੀ ਆ ਵੀ ਜਿਹੜੇ ਇੰਡੀਆ ਦੀ ਵੀ ਸ਼ਾਂਤੀ ਭੰਗ ਹੋਊਗੀ ਅਤੇ ਪੰਜਾਬ ਦੀ ਵੀ ਹੋਊਗੀ, ਕਿੰਨਾ ਕੁ ਚਿਰ ਜਿਹੜੇ ਸਿੱਖ ਲੋਕ ਨੇ ਧੱਕਾ ਝੱਲੀ ਜਾਣਗੇ। ਸਾਹ ਸੰਗਤ ਜੀ, ਜਿਹੜਾ ਮਤਾ ਨੰਬਰ 13 ਆ ਉਹ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਗਰੀਬ ਦੁਕਾਨਦਾਰ ਜੋ ਕਿ ਬਹੁਤ ਹਿੰਦੂ ਨੇ ਉਹਨਾਂ ਦੀ ਚੁੰਗੀ ਅਤੇ ਟੈਕਸ ਮਾਫ਼ ਕੀਤਾ ਜਾਵੇ। ਹਾਂਜੀ, ਹੁਣ ਤੁਸੀਂ ਇਹ ਵੇਖ ਲਓ ਭਾਵੇਂ ਹਿੰਦੂ ਸੀਗੇ, ਸੋ ਬਹੁਤੇ ਤਾਂ ਜਿਹੜਾ ਦੁਕਾਨਾਂ ਦਾ ਵਪਾਰ ਕਰਦੇ ਆ ਉਹ ਹਿੰਦੂ ਹੀ ਕਰਦੇ ਆ ਨਾ, ਜਿਹੜੇ ਗਰੀਬ ਸੀਗੇ ਜਾਂ ਹੋਰ ਸੀਗੇ ਵੀ ਉਹਨਾਂ ਦੀ ਚੁੰਗੀ ਟੈਕਸ ਵਗੈਰਾ ਮਾਫ਼ ਕਰੋ। ਵੀ ਠੀਕ ਆ, ਜੇ ਤੁਸੀਂ ਆਲਰੇਡੀ ਸੇਲ ਟੈਕਸ ਲਾਇਆ ਹੋਇਆ, ਮੰਨ ਲਓ ਵੀ ਮੈਂ ਦੁਕਾਨ ਦੇ ਵਿੱਚ ਬੈਠਾ ਕੋਈ ਚੀਜ਼ ਵੇਚ ਰਿਹਾ ਅਤੇ ਉੱਤੇ ਆਲਰੇਡੀ ਸੇਲ ਟੈਕਸ ਲੱਗਾ, ਅਤੇ ਮੈਂ ਫਿਰ ਪਹਿਲਾਂ ਕਿਉਂ ਸੇਲ ਟੈਕਸ ਦੇਵਾਂ ਜਦੋਂ ਚੁੰਗੀ ਲੰਘਣ ਲੱਗਾ ਆ, ਦੁਬਾਰੇ ਕਿਉਂ ਸੇਲ ਟੈਕਸ ਦੇਵਾਂ। ਸੋ ਇਸ ਕਰਕੇ ਇਹ ਵੀ ਜਿਹੜੀ ਮੰਗ ਸੀ ਇਹ ਵੀ ਵਪਾਰੀਆਂ ਦੇ ਹੱਕ ਦੇ ਵਿੱਚ ਸੀਗੀ ਵੀ ਵਪਾਰ ਕਰਨ ਵਾਲੇ ਵੀ ਜਿਹੜੇ ਆ ਸੌਖੇ ਰਹਿਣ। ਸਾਧ ਸੰਗਤ ਜੀ, ਜਿਹੜਾ ਮਤਾ ਨੰਬਰ 14 ਸੀ ਉਹ ਇਹ ਸੀ ਕਿ ਪੰਜਾਬ ਤੋਂ ਬਾਹਰ ਵੱਸਦੇ ਅਮੀਰ ਪੰਜਾਬੀਆਂ ਨੂੰ ਪੰਜਾਬ ਵਿੱਚ ਪੈਸਾ ਲਾਉਣ ਲਈ ਉਤਸ਼ਾਹਿਤ ਕੀਤਾ ਜਾਵੇ, ਪਹਿਲ ਦੇ ਆਧਾਰ 'ਤੇ ਸਹੂਲਤਾਂ ਅਤੇ ਸੁਰੱਖਿਆ ਦਿੱਤੀ ਜਾਵੇ। ਸੋ ਇਹਦੇ ਨਾਲ ਇਹ ਸੀਗਾ ਜਿਵੇਂ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਬੜੇ ਅਮੀਰ ਅਮੀਰ ਲੋਕ ਨੇ ਅਤੇ ਅਜੇ ਵੀ ਮਤਲਬ ਕਿ ਕਿੰਨਾ ਸਮਾਂ ਜੇ ਕਿਸੇ ਨੇ ਇੱਥੋਂ ਪੈਸਾ ਲੈ ਕੇ ਜਾਣਾ, ਟੈਕਸ ਭਰੋ, ਜੇ ਕਰੋ, ਵੋ ਕਰੋ, ਪ੍ਰੋਬਲਮ ਹੁੰਦੀ ਆ ਇੰਡੀਆ ਦੇ ਵਿੱਚ ਪੈਸਾ ਲੈ ਕੇ ਜਾਣ ਨੂੰ। ਅਤੇ ਇਹ ਜਿਹੜੀ ਇੰਡੀਆ ਦੀ ਸਰਕਾਰ ਆ ਇਹਦੇ 'ਚ ਹੈ ਹੀ ਆ ਚੋਰ, ਵੀ ਜਿਹੜੀ ਇੰਡੀਆ ਦਾ ਧਨ ਆ ਉਹ ਸਵਿਸ ਬੈਂਕਾਂ ਦੇ ਵਿੱਚ ਲੁੱਟ ਲੁੱਟ ਕੇ ਜਮ੍ਹਾਂ ਕਰਾਈ ਜਾ ਰਹੀ ਹੈ, ਅਤੇ ਜੇ ਵਿਦੇਸ਼ਾਂ ਦੇ ਵਿੱਚੋਂ ਕੋਈ ਲਿਆ ਕੇ ਇੰਡੀਆ ਦੇ ਵਿੱਚ ਮਨੀ ਸਪੈਂਡ ਕਰਨੀ ਚਾਹੁੰਦਾ ਅਤੇ ਉਹਨਾਂ 'ਤੇ ਜਿਹੜੀਆਂ ਰੋਕਾਂ ਜਾਂ ਹੋਰ ਤੰਗੀਆਂ ਨੇ ਦੂਰ ਕੀਤੀਆਂ ਜਾਣ ਜਿਹਦੇ ਕਰਕੇ ਇੰਡੀਆ ਦਾ ਵੀ ਪੰਜਾਬ ਦਾ ਵੀ ਵਿਕਾਸ ਹੋ ਸਕੇ, ਅਤੇ ਕਿੰਨੀਆਂ ਵਧੀਆ ਗੱਲਾਂ ਸੀ ਦੱਸੋ ਵੀ ਇਹਦੇ ਵਿੱਚ ਮਾੜੀ ਗੱਲ ਕੀ ਸੀ ਜਿਹਦੇ ਕਰਕੇ ਇਹਨਾਂ ਨੇ ਉਹ ਸਾਰੀ ਗੱਲਬਾਤ ਨੂੰ ਬਣਾ ਕੇ ਮੁੜ ਕੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਜੀ ਇਹ ਖਾਲਿਸਤਾਨ ਮੰਗਦੇ ਆ। ਖਾਲਿਸਤਾਨ ਦੀ ਤਾਂ ਇੱਕ ਵੀ ਮੰਗ ਨਹੀਂ ਸੀ ਇਹਦੇ ਵਿੱਚ। ਹਾਂਜੀ ਖਾਲਸਾ ਜੀ, 15ਵਾਂ ਮਤਾ ਹੈ ਹਥਿਆਰ ਲੈਣ ਲਈ ਲਾਇਸੈਂਸ ਲੈਣ ਦਾ ਤਰੀਕਾ ਸੁਖਾਲਾ ਕੀਤਾ ਜਾਵੇ। ਸੋ ਇਹ ਹਥਿਆਰਾਂ ਦਾ ਲਾਇਸੈਂਸ ਸੌਖਾ ਕੀਤਾ ਜਾਵੇ ਉਹ ਇਸ ਵਾਸਤੇ ਸੀਗਾ ਜਿਵੇਂ ਪੰਜਾਬ ਦੇ ਵਿੱਚ ਕਾਲੇ ਕੱਛਿਆਂ ਵਾਲੇ ਵੀ ਪੈਂਦੇ ਰਹੇ ਆ ਅਤੇ ਆਮ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਉਸ ਸਮੇਂ ਦੇ ਵਿੱਚ। ਅਗਰ ਸਿੱਖਾਂ ਦੇ ਕੋਲ ਜਾਂ ਜਿਹੜੇ ਪਿੰਡਾਂ ਦੇ ਲੋਕ ਸੀ ਇਹਨਾਂ ਕੋਲ ਹਥਿਆਰ ਹੁੰਦੇ ਤਾਂ ਕੀ ਕਾਲੇ ਕੱਛਿਆਂ ਵਾਲੇ ਘਰਾਂ 'ਚ ਪੈ ਪੈ ਕੇ ਕਿਸੇ ਨੂੰ ਮਾਰ ਸਕਦੇ ਸੀ? ਸੋ ਸਾਰੇ ਲੋਕ ਭਲਾਈ ਦੇ ਮਤੇ ਸੀਗੇ। ਸੋ 16ਵਾਂ ਮਤਾ ਸੀਗਾ ਪੰਜਾਬ ਵਿੱਚ ਚੰਗੀ ਪੜ੍ਹਾਈ ਕਰਨ ਵਾਲਿਆਂ ਲਈ ਜ਼ਿਆਦਾ ਵਜ਼ੀਫੇ ਅਤੇ ਖੇਡਾਂ ਲਈ ਉਤਸ਼ਾਹਿਤ ਕਰਨ ਲਈ ਵੱਡੇ ਇਨਾਮ ਵੰਡੇ ਜਾਣ, ਅਤੇ ਦੂਜਾ ਇਹ ਸੀਗਾ ਵੀ ਜੇ ਨੌਜਵਾਨੀ ਖੇਡਾਂ ਦੇ ਵੱਲ ਉਤਸ਼ਾਹਿਤ ਹੋਵੇ ਅਤੇ ਉਹ ਨਸ਼ਿਆਂ ਤੋਂ ਜਾਂ ਭੈੜੇ ਕੰਮਾਂ ਤੋਂ ਬਚੀ ਰਹਿੰਦੀ ਆ। ਪਰ ਹਿੰਦੁਸਤਾਨ ਦੀ ਸਰਕਾਰ ਨੇ ਇੱਥੋਂ ਤੱਕ ਕੀਤਾ ਵੀ ਜੇ ਏਸ਼ੀਅਨ ਗੇਮਾਂ ਵੀ ਹੋਈਆਂ ਉਸ ਸਮੇਂ ਦੇ ਦੌਰਾਨ ਅਤੇ ਸਿੱਖਾਂ ਦੇ ਉੱਥੇ ਜਾਣ ਦੇ ਉੱਤੇ ਪਾਬੰਦੀ ਲਾ ਦਿੱਤੀ ਸੀ। ਸੋ ਇਹ ਸਾਰੀਆਂ ਜਿਹੜੀਆਂ ਮੰਗਾਂ ਸੀ ਸਿੱਖਾਂ ਦੀ ਪੰਜਾਬ ਦੀ ਭਲਾਈ ਵਾਸਤੇ ਸੀਗੀਆਂ, ਅਤੇ ਇਹਨਾਂ ਦੇ ਵਿੱਚ ਮੈਨੂੰ ਤਾਂ ਕੋਈ ਮੰਗ ਲੱਗਦੀ ਨਹੀਂ ਇਹੋ ਜਿਹੀ ਵੀ ਜਿਹੜੀ ਮਤਲਬ ਕਿ ਕੋਈ ਖਾਲਿਸਤਾਨ ਵਾਲੀ ਸੀ ਤੁਹਾਡੇ ਸਾਹਮਣੇ ਆ ਸਾਰਿਆਂ ਦੇ। ਅਤੇ ਮਤਾ ਨੰਬਰ 17 ਜੋ ਹੈ ਜੀ, ਅਫੀਮ ਅਤੇ ਡੋਡੇ ਖਾਣ ਵਾਲਿਆਂ ਦੇ ਲਾਇਸੈਂਸ ਬਣਾਏ ਜਾਣ ਤਾਂ ਜੋ ਪੰਜਾਬ ਦੀ ਨਵੀਂ ਪਨੀਰੀ ਨੂੰ ਇਸ ਤੋਂ ਬਚਾਇਆ ਜਾ ਸਕੇ, ਭਾਵ ਖੁੱਲ੍ਹੇਆਮ ਬਿਨਾਂ ਲਾਇਸੈਂਸ ਕਿਸੇ ਨੂੰ ਵੀ ਖਾਣ ਅਤੇ ਵੇਚਣ ਦੀ ਸਖ਼ਤ ਮਨਾਹੀ ਹੋਵੇ। ਜਿਵੇਂ ਕਿ ਖਾਲਸਾ ਜੀ, ਅਮੈਰੀਕਾ ਦੇ ਵਿੱਚ
ਜਾਂ ਕਿਸੇ ਨੂੰ ਕੋਈ ਮੈਡੀਕਲ ਤੌਰ 'ਤੇ ਪ੍ਰੋਬਲਮ ਆ, ਇੱਥੇ ਜੋ ਭੰਗ ਦਾ ਲਾਇਸੈਂਸ ਉਹਨਾਂ ਨੂੰ ਦਿੱਤਾ ਜਾਂਦਾ ਆ ਕਿ ਉਹ ਮੈਡੀਕਲ ਤੌਰ 'ਤੇ ਇਹੋ ਜਿਹੀ ਆਪਣੇ ਜਿਵੇਂ ਕਿ ਭੰਗ ਜਾਂ ਇਹ ਚੀਜ਼ ਆਪਣੇ ਮੈਡੀਕਲ ਕਾਰਡ ਦਿੱਤਾ ਜਾਂਦਾ ਆ, ਜੇ ਕੋਈ ਮੈਡੀਕਲ ਪ੍ਰੋਬਲਮ ਆ ਤਾਂ ਉਹ ਭੰਗ ਯੂਜ਼ ਕਰ ਸਕਦੇ ਆ, ਪਰ ਖੁੱਲ੍ਹੇਆਮ ਨਹੀਂ। ਜਿਵੇਂ ਕੋਈ ਜੇ ਕੋਈ ਖੁੱਲ੍ਹੇਆਮ ਕਰਦਾ ਆ ਅਤੇ ਇਹਦਾ ਕੋਈ ਆਪਣੇ ਚਾਰਜ ਪੈਂਦਾ ਆ ਤੁਹਾਡੇ, ਜਾਂ ਕੋਈ ਫੈਲ ਨਹੀਂ ਜਾਂ ਇੱਦਾਂ ਦਾ। ਸੋ ਇਹ ਇਸ ਵਾਸਤੇ ਸੀਗਾ, ਜਿਵੇਂ ਇੱਥੇ ਵੀ ਅਮਰੀਕਾ ਦੀ ਸਰਕਾਰ ਨੇ ਕਾਨੂੰਨ ਬਣਾਇਆ ਹੋਇਆ ਕਿ ਜਿਹੜੀ ਨੌਜਵਾਨੀ ਨਸ਼ਿਆਂ ਤੋਂ ਬਚੀ ਹੋਈ ਆ, ਬਚੀ ਰਹੇ, ਜੇ ਖੁੱਲ੍ਹੇਆਮ ਸਭ ਕੁਝ ਮਿਲਣ ਲੱਗ ਪਵੇ ਅਤੇ ਫਿਰ ਇਹ ਆ ਧੜਾ ਧੜ ਲੋਕ ਨਸ਼ਿਆਂ 'ਤੇ ਲੱਗ ਜਾਂਦੇ ਆ, ਜਿਵੇਂ ਪੰਜਾਬ ਦੇ ਵਿੱਚ ਲੱਗੇ ਆ। ਸੋ ਇਹ ਵੀ ਇੱਕ ਪੰਜਾਬ ਭਲਾਈ ਦੀ ਮੰਗ ਸੀਗੀ ਵੀ ਇਸ ਨੂੰ ਵੀ ਪਾਸ ਕੀਤਾ ਜਾਵੇ ਅਤੇ ਸਰਕਾਰ ਇਸ 'ਤੇ ਸਖਤੀ ਵਰਤੇ, ਜੇ ਕੋਈ ਖੁੱਲ੍ਹੇਆਮ ਨਸ਼ਾ ਵੇਚਦਾ ਉਹਨੂੰ ਫੜ ਕੇ ਅੰਦਰ ਕੀਤਾ ਜਾਵੇ। ਅਤੇ ਅੱਜ ਜਦੋਂ ਹਜ਼ਾਰਾਂ ਹੀ ਲੋਕ ਪੰਜਾਬ ਦੇ ਵਿੱਚ ਮਰ ਰਹੇ ਨੇ, ਤੁਸੀਂ ਵੇਖਦੇ ਆ ਵੀ ਅੱਜ ਕੱਲ੍ਹ ਪਿੰਡਾਂ ਦੇ ਲੋਕ ਵੀ ਨਸ਼ਾ ਵੇਚਣ ਵਾਲਿਆਂ ਨੂੰ ਫੜ ਫੜ ਕੇ ਜੁੱਤੀ ਫੇਰ ਰਹੇ ਨੇ, ਅਗਰ ਇਹ ਉਸੇ ਵੇਲੇ ਹੀ ਸਾਰੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਸਾਰਾ ਪੰਜਾਬ ਹੀ ਹਮਲਾ ਮਾਰਦਾ ਅਤੇ ਮੰਨੀਆਂ ਜਾ ਸਕਦੀਆਂ ਸੀ, ਅਤੇ ਕਿੰਨਾ ਸਾਡਾ ਪੰਜਾਬ ਜਿਹੜਾ ਖੁਸ਼ਹਾਲ ਹੋਣਾ ਸੀਗਾ। ਪਰ ਚਲੋ, ਕਹਿੰਦੇ ਹੁੰਦੇ ਆ ਦੇਰ ਆਏ ਦਰੁਸਤ ਆਏ, ਅੱਜ ਵੀ ਇਹੋ ਜਿਹੜੀਆਂ ਮੰਗਾਂ ਨੇ ਇਹ ਜ਼ੋਰ ਪਾ ਕੇ ਸਰਕਾਰ ਨੂੰ ਮਨਾਉਣੀਆਂ ਚਾਹੀਦੀਆਂ ਅਤੇ ਇਹੋ ਜਿਹੇ ਕਾਨੂੰਨ ਜਿਹੜੇ ਆ ਉਹ ਪੰਜਾਬ ਦੇ ਵਿੱਚ ਪਾਸ ਹੋਣੇ ਚਾਹੀਦੇ ਆ। ਸਾਹ ਸੰਗ ਜੀ, ਜਿਹੜਾ 18ਵਾਂ ਮਤਾ ਆ ਉਹ ਇਹ ਆ, ਪੁਲਿਸ ਦੀਆਂ ਤਾਕਤਾਂ ਘਟਾਈਆਂ ਜਾਣ, ਔਰਤਾਂ ਨੂੰ ਕਿਸੇ ਵੀ ਦੋਸ਼ ਵਿੱਚ ਫੜੇ ਜਾਣ 'ਤੇ ਪੁਲਿਸ ਸਟੇਸ਼ਨ 'ਤੇ ਨਾ ਲੈ ਕੇ ਜਾਇਆ ਜਾਵੇ, ਕਿਉਂਕਿ ਉੱਥੇ ਔਰਤਾਂ ਦੀ ਬੇਅਦਬੀ ਹੁੰਦੀ ਹੈ ਜੀ। ਸੋ ਇੱਦਾਂ ਆ, ਜਿਵੇਂ ਹੁਣ ਵੀ ਅਸੀਫਾ ਦਾ ਰੇਪ ਹੋਇਆ ਅਤੇ ਉਹਦੇ ਵਿੱਚ ਇੱਕ ਪੁਲਿਸ ਵਾਲਾ ਵੀ ਇਨਵਾਲਵ ਸੀਗਾ, ਅਤੇ ਜੇ ਪੁਲਿਸ ਵਾਲੇ ਛੋਟੀਆਂ ਬੱਚੀਆਂ ਨੂੰ ਨਹੀਂ ਛੱਡਦੇ ਅਤੇ ਜਿਹੜੀਆਂ ਨੌਜਵਾਨ ਕੁੜੀਆਂ ਨੇ ਉਹਨਾਂ ਨੂੰ ਜਦੋਂ ਫੜਿਆ ਜਾਂਦਾ ਜਾਂ ਹੋਰ ਉਹਨਾਂ ਦੇ ਨਾਲ ਕਿਹੜਾ ਇਹ ਘੱਟ ਗੁਜ਼ਾਰਦੇ ਹੋਣੇ। ਅਤੇ ਉੱਦਾਂ ਵੀ ਇਹ ਆ ਵੀ ਜਿਵੇਂ ਹੁਣ ਅਮੈਰੀਕਾ ਦੇ ਵਿੱਚ ਵੀ ਇੱਥੇ ਪੁਲਿਸ ਵਾਲਾ ਬਿਨਾਂ ਵਜ੍ਹਾ ਕਿਸੇ ਦੇ ਨਾਲ ਧੱਕਾ ਨਹੀਂ ਕਰ ਸਕਦਾ, ਹਾਂ ਜੇ ਕੋਈ ਕਿਸੇ ਦੀ ਗਲਤੀ ਆ ਉਹਨੂੰ ਟਿਕਟ ਜ਼ਰੂਰ ਦੇ ਕੇ ਜਾਂਦਾ, ਉੱਥੇ ਕੋਈ ਢਿੱਲ ਨਹੀਂ ਗੀ। ਪਰ ਇੰਡੀਆ ਦੇ ਵਿੱਚ ਕੀ ਹੁੰਦਾ, ਜੇ ਕਿਸੇ ਦੀ ਗਲਤੀ ਆ 100-50 ਜੇਬ 'ਚ ਪਾ ਕੇ ਤਾਂ ਉਹਨੂੰ ਛੱਡ ਦਿੰਦੇ ਆ, ਅਤੇ ਕਈਆਂ ਨੂੰ ਬਿਨਾਂ ਵਜ੍ਹਾ ਹੀ ਤੰਗ ਕੀਤਾ ਜਾਂਦਾ। ਇਹੋ ਜਿਹੀਆਂ ਜਿਹੜੀਆਂ ਧੱਕੇ ਸ਼ਾਹੀਆਂ ਨੇ, ਇਹਨਾਂ ਕਰਕੇ ਹੀ ਖਾੜਕੂਵਾਦ ਉੱਠਦਾ ਆ। ਜਿਵੇਂ ਅੱਜ ਇੱਕ ਹਿੰਦੂ ਵੀਰ ਨੇ ਵੀ ਕਿਹਾ ਵੀ ਇੱਕ ਨਹੀਂ ਘੱਟੋ ਘੱਟ 600-700 ਪਿੰਡਰਾਂ ਵਾਲਾ ਚਾਹੀਦਾ ਇੰਡੀਆ ਦੇ ਵਿੱਚ, ਇਹ ਜਿਹੜੇ ਸਰਕਾਰੀ ਲੋਕ ਵਿਗੜੇ ਹੋਏ ਨੇ ਇਹਨਾਂ ਨੂੰ ਸੁਧਾਰਨ ਵਾਸਤੇ ਚਾਹੀਦਾ ਆ। ਉਹ ਵੀ ਮੈਂ ਐਂਡ 'ਤੇ ਥੋੜ੍ਹੀ ਜਿਹੀ ਸ਼ੇਅਰ ਕਰੂੰਗਾ। ਅਤੇ ਦਿੱਲੀ ਤੱਕ ਵੀ ਮਤਲਬ ਕਿ ਨਾਰੇ ਮਾਰੇ ਨੇ ਜਿੱਥੇ ਕਿਤੇ ਰੇਪ ਹੋਏ ਨੇ ਕੁੜੀਆਂ ਦੇ, ਵੀ ਇੱਕ ਪਿੰਡਰਾਂ ਵਾਲਾ ਚਾਹੀਦਾ ਜਿਹੜਾ ਧੀਆਂ ਭੈਣਾਂ ਦੀ ਇੱਜ਼ਤ ਬਰਕਰਾਰ ਰੱਖ ਸਕੇ। ਪਰ ਬਦਕਿਸਮਤੀ ਸਾਡੀ, ਜਦੋਂ ਸੰਤ ਸਾਡੇ ਕੋਲ ਸੀਗੇ ਉਦੋਂ ਸਾਰੇ ਪੰਜਾਬ ਨੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸਾਥ ਨਹੀਂ ਦਿੱਤਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਇਹ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ ਵੀ ਜੇ ਕੋਈ ਇਹੋ ਜਿਹਾ ਸਮਾਂ ਬਣੇ, ਕੋਈ ਯੋਧਾ ਉੱਠਦਾ ਆ ਜਿਹੜਾ ਕੋਈ ਲੋਕ ਭਲਾਈ ਦੇ ਕੰਮਾਂ ਦੇ ਵਾਸਤੇ ਗੱਲ ਕਰਦਾ ਆ, ਉਹਦਾ ਪੂਰਾ ਸਾਥ ਦਿੱਤਾ ਜਾਵੇ। ਉਹਦੇ ਨਾਲ ਕੀ ਆ, ਫਿਰ ਹੀ ਜਿਹੜਾ ਪੰਜਾਬ ਜਾਂ ਜਿਹੜਾ ਦੇਸ਼ ਆ ਖੁਸ਼ਹਾਲ ਹੋ ਸਕਦਾ। ਜਿਵੇਂ ਕਹਿ ਲਈਏ ਅਮੈਰੀਕਾ, ਕੈਨੇਡਾ ਇਹੋ ਜਿਹੇ ਦੇਸ਼ ਨੇ, ਇਸੇ ਕਰਕੇ ਹੀ ਖੁਸ਼ਹਾਲ ਨੇ ਵੀ ਇੱਥੇ ਮਤਲਬ ਕਿ ਬਿਨਾਂ ਵਜ੍ਹਾ ਕਿਸੇ ਦੇ ਨਾਲ ਧੱਕੇਸ਼ਾਹੀ ਨਹੀਂ ਹੁੰਦੀ। ਵੱਡੇ ਲੈਵਲ 'ਤੇ ਜੇ ਵੇਖੀਏ ਕਈ ਵਾਰੀ ਹੁੰਦੀ ਵੀ, ਪਰ ਬਹੁਤ ਘੱਟ ਪਰਸੈਂਟੇਜ ਆ। ਪਰ ਆਮ ਕਰਕੇ ਕਿਸੇ ਨਾਲ ਧੱਕੇਸ਼ਾਹੀ ਨਹੀਂ ਹੁੰਦੀ, ਜਿਹਦੇ ਕਰਕੇ ਲੋਕ ਵੀ ਸ਼ਾਂਤੀ ਨਾਲ ਰਹਿੰਦੇ ਆ। ਅਤੇ ਸ਼ਾਂਤੀ ਜੇ ਬਹਾਲ ਕਰਨੀ ਆ ਤਾਂ ਚੰਗੇ ਕਾਨੂੰਨ ਅਤੇ ਚੰਗੇ ਨਿਯਮ ਬਣਾਉਣੇ ਪੈਣੇ ਆ। ਅਤੇ ਮੈਨੂੰ ਤਾਂ ਲੱਗਦਾ ਜਿਹੜੇ 18 ਦੇ 18 ਨਿਯਮ ਸੀਗੇ ਇਹ ਬਹੁਤ ਚੰਗੇ ਸੀਗੇ, ਲੋਕ ਭਲਾਈ ਦੇ ਸੀਗੇ। ਪਰ ਇੰਡੀਆ ਸਰਕਾਰ ਨੂੰ ਇਹ ਹਜ਼ਮ ਨਹੀਂ ਹੋਏ, ਕਿਉਂਕਿ ਚੋਰਾਂ ਨੂੰ ਸਾਧ ਕਦੀ ਹਜ਼ਮ ਨਹੀਂ ਹੁੰਦੇ।
ਅਤੇ ਇੰਡੀਆ ਸਰਕਾਰ ਤੁਹਾਨੂੰ ਅੱਜ ਵੀ ਪਤਾ ਵੀ ਸਾਰੀ ਚੋਰ ਆ ਅਤੇ ਆਪਣੇ ਸਵਿਟਜ਼ਰਲੈਂਡ ਦੇ ਬੈਂਕਾਂ ਦੇ ਵਿੱਚ ਆਪਣੇ ਖਜ਼ਾਨੇ ਭਰ ਰਹੇ ਆ ਅਤੇ ਆਏ ਸਾਲ ਜਿਹੜਾ ਦੇਸ਼ ਆ ਉਹ ਗਰੀਬ ਹੁੰਦਾ ਜਾ ਰਿਹਾ, ਇਕਾਨਮੀ ਡਾਊਨ ਹੁੰਦੀ ਜਾ ਰਹੀ ਆ। ਸੋ ਇਸੇ ਕਰਕੇ ਇਹਨਾਂ ਨੇ ਮਤਲਬ ਕਿ ਸਿੱਖਾਂ ਦੇ ਉੱਤੇ ਉਦੋਂ ਤੋਪਾਂ ਟੈਂਕ ਚੜ੍ਹਾਏ ਅਤੇ ਜਿਵੇਂ ਮੈਂ ਆਲਰੇਡੀ ਦੱਸ ਦਿੱਤਾ ਵੀ ਇੱਕ ਤਰਫਾ ਕਰਫਿਊ ਲਾਇਆ ਹੋਇਆ ਸੀਗਾ ਕਿਉਂਕਿ ਇਹਨਾਂ ਨੇ ਸਿੱਖਾਂ ਦਾ ਘਾਣ ਕਰਨਾ ਸੀ। ਸੋ ਜਿਹੜੀ ਸਾਡੀ ਨੌਜਵਾਨੀ ਹੈ ਇਹ ਵੀਡੀਓ ਇਸ ਵਾਸਤੇ ਬਣਾਈ ਜਾ ਰਹੀ ਆ ਵੀ ਉਹ ਜਾਗੇ ਸਰਕਾਰਾਂ ਕਰਦੀਆਂ ਕੀ ਨੇ, ਤੁਹਾਨੂੰ ਕਈ ਕਈ ਸਾਲ ਤਾਂ ਪਤਾ ਹੀ ਨਹੀਂ ਲੱਗਦਾ ਵੀ ਸਰਕਾਰਾਂ ਸਾਡੇ ਨਾਲ ਕਰ ਕੀ ਰਹੀਆਂ। ਅਤੇ ਹੁਣ ਤੁਸੀਂ ਜਾਗ ਰਹੇ ਹਾਂ ਜਦੋਂ ਨਸ਼ਿਆਂ ਨਾਲ ਮਰ ਰਹੇ ਹਾਂ, ਜਦੋਂ ਪਾਣੀ ਪੰਜਾਬ ਦਾ ਖਰਾਬ ਹੋ ਗਿਆ, ਪਰ ਪਹਿਲਾਂ ਨਹੀਂ ਜਾਗਦੇ। ਸੋ ਇਸ ਕਰਕੇ ਗੁਰੂ ਪਿਆਰਿਓ ਆਪਣੀ ਲੰਮੀ ਸੋਚ ਬਣਾਓ ਅਤੇ ਜੇ ਇਹੋ ਜਿਹੇ ਕੰਮ ਹੁੰਦੇ ਆ ਸੋਚਿਆ ਵਿਚਾਰਿਆ ਕਰੋ ਵੀ ਇਹੋ ਜਿਹੀਆਂ ਮੰਗਾਂ ਜੇ ਕੋਈ ਰੱਖ ਰਿਹਾ ਤਾਂ ਕਿਉਂ ਰੱਖ ਰਿਹਾ, ਕਿਹਦੇ ਭਲਾਈ ਵਾਸਤੇ ਰੱਖ ਰਿਹਾ ਆ। ਸੋ ਗੁਰੂ ਪਿਆਰਿਓ ਇਹ ਜਿਹੜੀਆਂ ਮੰਗਾਂ ਸੀਗੀਆਂ ਉਹ ਸੰਤਾਂ ਨੇ ਰੱਖੀਆਂ ਸੀ, ਪਰ ਇਹ ਮੰਗਾਂ ਨਾ ਮੰਨੀਆਂ ਜਾਣ ਕਰਕੇ ਹਿੰਦੁਸਤਾਨ ਨੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਅਤੇ ਜਦੋਂ ਇਹ ਪਤਾ ਆਲਰੇਡੀ ਸੰਤਾਂ ਨੂੰ ਲੱਗ ਚੁੱਕਾ ਸੀ, ਉਹ ਇਸ ਕਰਕੇ ਲੱਗ ਚੁੱਕਾ ਸੀਗਾ ਕਿ ਜਨਰਲ ਸੁਬੇਕ ਸਿੰਘ ਜੀ ਉੱਥੇ ਸੀਗੇ ਅਤੇ ਸਭ ਤੋਂ ਪਹਿਲਾਂ ਇਹਨਾਂ ਨੇ ਦੇਹਰਾਦੂਨ ਦਰਬਾਰ ਸਾਹਿਬ ਦਾ ਕੰਪਲੈਕਸ ਬਣਾ ਕੇ ਜਿਹੜੀ ਆ ਟ੍ਰੇਨਿੰਗ ਕੀਤੀ ਸੀ ਦਰਬਾਰ ਸਾਹਿਬ 'ਤੇ ਹਮਲਾ ਕਰਨ ਦੀ। ਅਤੇ ਉੱਥੇ ਜਿਹੜੇ ਜਨਰਲ ਸੁਬੇਕ ਸਿੰਘ ਜੀ ਦੇ ਜਿਹੜੇ ਭਚੰਗੀ ਸੀਗੇ ਉਹਨਾਂ ਦੇ ਪੁੱਤਰ ਜਿਹੜੇ ਸੀਗੇ ਉਹ ਫੌਜ ਦੇ ਵਿੱਚ ਸੀਗੇ, ਇਸ ਕਰਕੇ ਉਹਨਾਂ ਨੂੰ ਸਾਰਾ ਕੁਝ ਪਤਾ ਸੀ ਅਤੇ ਉਹਨਾਂ ਨੇ ਜਨਰਲ ਸੁਬੇਕ ਸਿੰਘ ਜੀ ਨੂੰ ਸਾਰੀ ਗੱਲਬਾਤ ਦੱਸੀ ਵੀ ਇੱਥੇ ਇਹ ਹੋਣਾ ਆ, ਅਤੇ ਸੰਤਾਂ ਨੂੰ ਵੀ ਸਾਰੀ ਗੱਲਬਾਤ ਪਤਾ ਲੱਗੀ ਅਤੇ ਸਰਕਾਰ ਨੇ ਮਤਲਬ ਕਿ ਜਾਣ ਬੁੱਝ ਕੇ ਇਹ ਜਿਹੜੀ ਖਾਲਿਸਤਾਨ ਦੀ ਮੰਗ ਸੀਗੀ ਸਿੱਖਾਂ ਦੇ ਮੂੰਹ 'ਚ ਪਾਈ ਸੀ, ਇਹ ਮੰਗਾਂ ਨਾ ਮੰਨਣ ਵਾਸਤੇ ਵੀ ਇਹਨਾਂ ਨੂੰ ਇੱਕ ਟੈਰਾਰਿਸਟ ਐਲਾਨ ਕੇ ਅਤੇ ਹਰਿਮੰਦਰ ਸਾਹਿਬ 'ਤੇ ਹਮਲਾ ਕੀਤਾ ਜਾਵੇ। ਸੰਤਾਂ ਦੀ ਰਿਕਾਰਡਿੰਗ ਵੀ ਹੈਗੀ ਆ, ਉਹ ਵੀ ਮੈਂ ਵਿੱਚ ਤੁਹਾਨੂੰ ਸੁਣਾਊਂਗਾ। ਇਹ ਕਹਿੰਦਾ ਕਿ ਮੈਂ ਬੜਾ ਸਿਆਣਾ ਅਤੇ ਸੂਝਵਾਨ ਹਾਂ ਮੁੱਖ ਮੰਤਰੀ ਪੰਜਾਬ ਦਾ, ਸਿੱਖ ਵੱਖਰੀ ਕੌਮ ਦੀ ਗੱਲ ਚੱਲ ਰਹੀ ਹੈ, ਮੈਂ ਭਾਵੇਂ ਮਤਾ ਪਾਸ ਕਰਨ ਦੇ ਟਾਈਮ 'ਤੇ ਇੱਥੇ ਨਹੀਂ ਸੀ ਪਰ ਮੈਨੂੰ ਪਤਾ ਲੱਗਾ, ਲੀਡਰ ਸਾਹਿਬਾਨਾਂ ਨੂੰ ਤਾਂ ਪਤਾ ਸਾਰਾ, ਸਿੱਖ ਵੱਖਰੀ ਕੌਮ ਦਾ ਮਤਾ ਪਾਸ ਹੋਇਆ, ਬੜਾ ਅਖਬਾਰਾਂ ਨੇ ਹੱਥ ਚੁੱਕੇ ਜਿਹੜੇ ਵਿਰੋਧੀ ਸੀ, ਸਾਰੇ ਦੁਨੀਆਂ 'ਚ ਫਿਰਕਾ ਪ੍ਰਸਤੀ ਦਾ ਪ੍ਰਚਾਰ ਕਰਨ ਵਾਸਤੇ ਯਤਨ ਕੀਤਾ ਗਿਆ, ਸਿੱਖ ਅਲੈਦਗੀ ਚਾਹੁੰਦੇ ਆ, ਸਿੱਖ ਵੱਖਰਾ ਹੋਣਾ ਚਾਹੁੰਦੇ ਆ। ਮੈਂ ਦਿੱਲੀ ਰਹਿ ਕੇ ਆਇਆ, 10 ਦਿਨ ਮੈਨੂੰ ਵੀ ਉੱਥੇ ਪੁੱਛਿਆ ਗਿਆ, ਇੱਥੇ ਵੀ ਨਿਤ ਪੁੱਛਦੇ ਜਿਹੜੇ ਬਾਹਰੋਂ ਅਖਬਾਰਾਂ ਵਾਲੇ ਪ੍ਰੇਮੀ ਆਉਂਦੇ ਆ, ਸੰਤ ਜੀ ਤੁਸੀਂ ਖਾਲਿਸਤਾਨ ਚਾਹੁੰਦੇ ਹੋ, ਮੈਂ ਭਾਈ ਨਾ ਅਸੀਂ ਵਿਰੋਧ ਤਾਂ ਕਰਦੇ ਹਾਂ ਅਤੇ ਨਾ ਜੇ ਹਮਾਇਤ ਕਰਦੇ, ਚੁੱਪ ਹੈ। ਹਾਂ ਇੱਕ ਗੱਲ ਨਿਸ਼ਚੇ ਵਾਚਕ ਹੈ, ਜੇ ਐਰਕੀ ਹਿੰਦੁਸਤਾਨ ਦੀ ਰਾਣੀ ਨੇ ਦੇ ਦਿੱਤਾ ਤਾਂ ਲੈ ਜ਼ਰੂਰ ਲਵਾਂਗੇ, ਛੱਡਦੇ ਨਹੀਂ, 1947 ਵਾਲੀ ਗਲਤੀ ਨਹੀਂ ਕਰਦੇ, ਪਰ ਮੰਗਦੇ ਆ ਜੇ ਨਹੀਂ। ਇਹ ਤਾਂ ਕੰਮ ਇੰਦਰਾ ਗਾਂਧੀ ਦਾ ਮੇਰਾ ਨਹੀਂ ਅਤੇ ਨਾ ਲੌਂਗੋਵਾਲ ਦਾ, ਨਾ ਕਿਸੇ ਹੋਰ ਸਾਡੇ ਲੀਡਰ ਦਾ, ਇਹ ਕੰਮ ਆ ਇੰਦਰਾ ਦਾ, ਸਾਨੂੰ ਇੰਦਰਾ ਦੱਸੇ ਹਿੰਦੁਸਤਾਨ ਵਿੱਚ ਨਾਲ ਰੱਖਣਾ ਜਾਂ ਨਹੀਂ ਰੱਖਣਾ, ਅਸੀਂ ਨਾਲ ਰਹਿਣਾ ਚਾਹੁੰਦੇ, ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ, ਇੰਦਰਾ ਦੱਸੇ ਕਿ ਰੱਖਣਾ ਕਿ ਨਹੀਂ, ਕੰਮ ਉਹਦਾ ਪੁੱਛਦੇ ਸਾਨੂੰ, ਅਸੀਂ ਕੋਈ ਚੌਕੀਦਾਰ ਥੋੜ੍ਹਾ, ਉਹਦੇ ਵਿੱਚ ਉਹਦਾ ਕੰਮ ਅਸੀਂ ਕਰੀਏ। ਸਿੱਖ ਇੱਕ ਵੱਖਰੀ ਕੌਮ ਹੈ, ਜਿਹੜੇ ਪੜ੍ਹੇ ਲਿਖੇ ਵੀਰ ਹੈ ਉਹਨਾਂ ਨੂੰ ਖੁਸ਼ੀ ਵੀ ਹੋਈ ਹੋਵੇਗੀ। 3-4 ਦਿਨ ਹੋਏ ਹੈ, ਇੱਕ ਖਬਰ ਆਈ ਹੈ ਇੰਗਲੈਂਡ ਵਿੱਚ ਪਗੜੀ ਦੇ ਸੰਬੰਧ ਵਿੱਚ ਫੈਸਲਾ ਹੋਇਆ, ਪੜ੍ਹੇ ਲਿਖੇ ਵੀਰਾਂ ਨੂੰ ਉਹਦੀ ਬਹੁਤ ਗਿਆਤ ਹੈ ਅਤੇ ਬੜੀ ਡੂੰਘੀ ਗੱਲ ਹੈ। ਇੰਗਲੈਂਡ ਦੀ ਪਾਰਲੀਮੈਂਟ ਨੇ ਫੈਸਲਾ ਕਰ ਦਿੱਤਾ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ, ਇਕੱਲੀ ਸਿੱਖ ਇੱਕ ਵੱਖਰੀ ਨਸਲ ਹੈ, ਸਿੱਖ ਇੱਕ ਵੱਖਰੀ ਨਸਲ ਹੈ, ਨਸਲ ਜਿਵੇਂ
ਬਾਗ ਹੁੰਦਾ ਹੈ ਫਲਾਂ ਦਾ, ਉਹਦੇ ਵਿੱਚ ਬੂਟੇ ਹੁੰਦੇ ਆ ਕਈ ਪ੍ਰਕਾਰ ਦੇ, ਉਹਨੂੰ ਸਾਰੇ ਨੂੰ ਬਾਗ ਕਹਿ ਦਿੰਦੇ ਆ, ਪਰ ਉਹਦੇ ਵਿੱਚੋਂ ਵਿਸ਼ੇਸ਼ ਨਸਲਾਂ ਵੇਖੀਆਂ ਜਾਂਦੀਆਂ। ਉਹਨਾਂ ਨੇ ਫੈਸਲਾ ਕੀਤਾ ਕਿ ਸਿੱਖ ਵੱਖਰੀ ਕੌਮ ਤਾਂ ਹਨ ਹੀ, ਪਰ ਇਹ ਇੱਕ ਵੱਖਰੀ ਨਸਲ ਵੀ ਆ ਦੁਨੀਆਂ ਵਿੱਚੋਂ। ਉਸ ਪਾਰਲੀਮੈਂਟ ਨੇ ਫੈਸਲਾ ਕੀਤਾ ਹੋਵੇ ਅਤੇ ਅਕਾਲੀ ਦਲ ਦੇ ਵਿੱਚ ਬੈਠ ਕੇ ਸ਼੍ਰੋਮਣੀ ਕਮੇਟੀ ਵਿੱਚ ਬੈਠ ਕੇ ਸਾਡੇ ਲੀਡਰ ਸਾਹਿਬਾਨਾਂ ਨੇ ਵੀ ਫੈਸਲਾ ਕੀਤਾ ਹੋਵੇ ਸਿੱਖ ਇੱਕ ਵੱਖਰੀ ਕੌਮ ਹੈ, ਅਤੇ ਮਹਾਸ਼ੇ ਕਹਿਣ ਨਹੀਂ ਜੀ, ਇਹ ਤਾਂ ਇੱਕ ਹਿੰਦੂਆਂ ਦਾ ਅੰਗ ਹੈ। ਜੇ ਤਾਂ ਜਰੇਮ ਪੈ ਆਪਣਾ ਸਾਨੂੰ ਜਰੇਮ ਪੈਸਾ ਕਰਾਰ ਦੇਣਾ ਅਤੇ ਕਹਿੰਦੇ ਜੀ ਇਹ ਵੱਖਰੇ, ਜੇ ਅਸੀਂ ਨੌਕਰੀ ਕਰਨੀ ਹੈ ਅਤੇ ਇਹ ਵੱਖਰੇ, ਇਹਨਾਂ ਨੂੰ 1.5 ਨੂੰ ਭਰਤੀ ਕਰੋ ਅਤੇ ਦੂਜੇ 98.5 ਕਰੋ, ਅਤੇ ਜੇ ਪੇਟ ਪੂਰਤੀ ਦੇ ਸਾਧਨ ਵਾਸਤੇ ਕੋਈ ਯਤਨ ਕਰਨਾ ਅਸੀਂ ਹਿੱਸਾ ਲੈਣਾ, ਫਿਰ ਇਹ ਹਿੰਦੂਆਂ ਦਾ ਇੱਕ ਅੰਗ ਹੈ। ਇਹ ਕੀ ਕਾਰਨ ਹੈ? ਅੱਗੇ ਵੀ ਇੱਕ ਦਿਨ ਦਾਸ ਨੇ ਬਿਆਨ ਦਿੱਤਾ ਸੀ, ਜੇ ਸਿੱਖ ਹਿੰਦੂਆਂ ਦਾ ਇੱਕ ਅੰਗ ਹਨ ਅਤੇ ਵੱਖਰੇ ਨਹੀਂ, ਅਤੇ ਫਿਰ ਅਖਬਾਰਾਂ ਵਿੱਚ ਅਤੇ ਪਾਰਲੀਮੈਂਟ ਵਿੱਚ ਅਤੇ ਅਸੈਂਬਲੀ ਵਿੱਚ ਇਹ ਕਹਿਣਾ ਸ਼ੁਰੂ ਕਰੋ ਕਿ ਹਿੰਦੂ ਅੱਤਵਾਦੀ ਹੈ, ਅਤੇ ਜੇ ਸਿੱਖ ਅੱਤਵਾਦੀ ਹੈ ਤਾਂ ਫਿਰ ਮੰਨੋ ਕਿ ਸਿੱਖ ਵੱਖਰੀ ਕੌਮ ਹੈ। ਅੱਤਵਾਦੀ ਕਹਿਣਾ ਤਾਂ ਸਿੱਖ ਨੂੰ, ਅਤੇ ਜੇ ਇਕੱਠਿਆਂ ਕਹਿਣਾ ਤਾਂ ਸਾਰੇ ਹਿੰਦੂ, ਇਹਦਾ ਜਵਾਬ ਦੇਵੇ ਗੌਰਮੈਂਟ। ਸੰਤਾਂ ਨੇ ਸਿਰਫ ਇੰਨੀ ਕੁ ਗੱਲ ਰੱਖੀ ਸੀ, ਪਰ ਜਦੋਂ ਪਤਾ ਲੱਗ ਗਿਆ ਸੀ ਵੀ ਦਰਬਾਰ ਸਾਹਿਬ 'ਤੇ ਅਟੈਕ ਹੋਣਾ ਆ, ਉਦੋਂ ਸੰਤਾਂ ਨੇ ਇਹ ਗੱਲ ਫਿਰ ਬੋਲੀ ਸੀ। ਮੈਂ ਦ੍ਰਿੜ ਨਿਸ਼ਚੇ ਨਾਲ ਇਹ ਗੱਲ ਕਹਿਣੀ ਚਾਹੁੰਦਾ ਹਾਂ, ਜਿੱਦੇ ਇਸ ਸਥਾਨ 'ਤੇ ਪੁਲਿਸ ਵੱਲੋਂ ਹੁਣ ਹਮਲਾ ਹੋਇਆ, ਇਹ ਦੁਨੀਆਂ 'ਚ ਮਿਸਾਲ ਬਣੇਗੀ ਕਿ ਖਾਲਿਸਤਾਨ ਬਣਿਆ। ਉਸ ਦਿਨ ਜ਼ਰੂਰ ਖਾਲਿਸਤਾਨ ਬਣੇਗਾ ਜਿੱਥੇ ਪੁਲਿਸ ਹੁਣ ਇੱਥੇ ਇਸ ਅੰਦਰ ਆ ਕੇ ਕੁਝ ਭੈੜੀ ਹਰਕਤ ਕਰਨੀ ਚਾਹੇਗੀ। ਅਤੇ ਇਸ ਵਾਸਤੇ ਖਾਲਿਸਤਾਨ ਲੈਣ ਵਾਸਤੇ ਵੀ ਸਾਨੂੰ ਸਾਰੇ ਪੰਜਾਬ ਨੂੰ ਹਮਲਾ ਮਾਰਨਾ ਪੈਣਾ, ਕਿਉਂਕਿ ਸੰਤਾਂ ਨੇ ਵਾਰ ਵਾਰ ਇਹ ਗੱਲ ਕਹੀ ਸੀ, ਜਿੰਨਾ ਚਿਰ ਹਰ ਕਿਸੇ ਸਿੱਖ ਦੇ ਮਨ ਦੇ ਵਿੱਚ ਇਹ ਬਹਿ ਨਹੀਂ ਜਾਂਦਾ ਵੀ ਅਸੀਂ ਗੁਲਾਮ ਹਾਂ, ਉਨਾ ਚਿਰ ਗੁਲਾਮੀ ਗੋਲੋਂ ਨਹੀਂ ਲੈਣੀ। ਅਤੇ ਕਈਆਂ ਨੂੰ ਜਿਹੜਿਆਂ ਨੂੰ ਇਹ ਭੁਲੇਖਾ ਆ ਵੀ ਜੇ ਪੰਜਾਬ ਖਾਲਿਸਤਾਨ ਬਣ ਗਿਆ ਤਾਂ ਪੰਜਾਬ ਚੱਲੂਗਾ ਕਿੱਦਾਂ, ਜਾਂ ਦੂਜੀਆਂ ਸਟੇਟਾਂ ਦੇ ਵਿੱਚ ਵੀਜ਼ੇ ਲੈ ਕੇ ਜਾਇਆ ਕਰਨਗੇ, ਜਿਵੇਂ ਕਹਿ ਲਈਏ ਵੀ ਸਾਡਾ ਹਜ਼ੂਰ ਸਾਹਿਬ ਆ ਜਾਂ ਪਟਨਾ ਸਾਹਿਬ ਆ। ਸੋ ਗੁਰੂ ਪਿਆਰਿਓ, ਇੱਦਾਂ ਹੁੰਦਾ ਵੀ ਜੇ ਇੰਡੀਆ ਦੇ ਵਿੱਚ ਕਹਿ ਲਈਏ ਵੀ ਹਿੰਦੂਆਂ ਵਾਸਤੇ ਗੁਰੂ ਸਾਹਿਬ ਜੀ ਨੇ ਕੁਰਬਾਨੀ ਵੀ ਕੀਤੀ, ਬੜੇ ਹਿੰਦੂਆਂ ਨੇ ਇਹ ਗੱਲ ਬੋਲੀ ਆ ਵੀ ਜਿਹੜਾ ਚਿਲਡਰਨ ਡੇ ਆ ਉਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲੇ ਦਿਨ ਮਨਾਇਆ ਜਾਵੇ, ਕਿਉਂਕਿ ਸਾਹਿਬਜ਼ਾਦਿਆਂ ਨੇ ਜਿਹੜੀ ਆ ਉਹ ਕੁਰਬਾਨੀ ਕੀਤੀ ਸੀ, ਨਹਿਰੂ ਨੇ ਤਾਂ ਕੋਈ ਕੁਰਬਾਨੀ ਨਹੀਂ ਕੀਤੀ, ਇਹ ਗੱਲਾਂ ਹਿੰਦੂਆਂ ਨੇ ਵੀ ਬੋਲੀਆਂ। ਸੋ ਸਿੱਖਾਂ ਨੇ 90% ਤੋਂ ਵੱਧ ਕੁਰਬਾਨੀਆਂ ਦਿੱਤੀਆਂ ਸੀ ਆਜ਼ਾਦੀ ਦੇ ਲਈ, ਅਤੇ ਭੈਣ ਭਰਾਵਾਂ ਵਾਲਾ ਰਿਸ਼ਤਾ ਸੀਗਾ ਆਪਸ ਦੇ ਵਿੱਚ ਹਿੰਦੂਆਂ ਅਤੇ ਸਿੱਖਾਂ ਦਾ, ਪਰ ਇਹ ਵੀ ਜਿਹੜਾ ਰਿਸ਼ਤਾ ਤੋੜਿਆ ਹੈ ਇਸ ਨੂੰ ਤੋੜਨ ਦੀ ਜਿਹੜੀ ਦੋਸ਼ੀ ਹੈ ਉਹ ਇੰਡੀਆ ਦੀ ਸਰਕਾਰ ਹੀ ਹੈ। ਅਤੇ ਗਾਹ ਹੁਣ ਇਹ ਆ ਵੀ ਜੇ ਵੱਖਰਾ ਦੇਸ਼ ਬਣਿਆ ਹੋਵੇ ਵੀਜ਼ਾ ਲੈ ਕੇ ਭਾਵੇਂ ਸਾਨੂੰ ਜਾਣਾ ਪਵੇ, ਉਹਦੇ ਲਈ ਇਹ ਹੁੰਦਾ ਵੀ ਉਹ ਵੀ ਸਿਕਿਓਰ ਹੁੰਦੇ ਆ ਅਤੇ ਅਸੀਂ ਵੀ ਸਿਕਿਓਰ ਹੁੰਦੇ ਹਾਂ। ਅਤੇ ਜਿਹੜੀ ਲੋਕਾਂ ਦੇ ਵਿੱਚ ਗਲਤ ਫਹਿਮੀ ਆ ਵੀ ਸ਼ਾਇਦ ਪੰਜਾਬ ਦੇ ਵਿੱਚੋਂ ਜੇ ਖਾਲਿਸਤਾਨ ਬਣ ਗਿਆ ਅਤੇ ਸਾਰੇ ਹਿੰਦੂ ਕੱਢ ਦਿੱਤੇ ਜਾਣਗੇ, ਨਹੀਂ ਨਹੀਂ ਨਹੀਂ, ਇਹ ਤੁਹਾਡੇ ਭੁਲੇਖੇ ਨੇ। ਜਿਹੜੀ ਵੱਡੀ ਸੋਚ ਹੁੰਦੀ ਆ ਉਹ ਇਹ ਹੁੰਦੀ ਆ ਵੀ ਹਿੰਦੂ ਵੀ ਪੰਜਾਬ ਦੇ ਵਿੱਚ ਰਹਿਣ, ਉਹਦੇ ਨਾਲ ਕੀ ਹੁੰਦਾ ਆ ਜਿਹੜੇ ਪੰਜਾਬ ਦੇ ਵਿੱਚ ਵੱਸਦੇ ਆ ਉਹ ਪੰਜਾਬ ਦੇ ਵਿੱਚ ਹੀ ਰੱਖੇ ਜਾਣਗੇ, ਉਹਦੇ ਨਾਲ ਇਹ ਹੁੰਦਾ ਆ ਵੀ ਕੱਲ੍ਹ ਨੂੰ ਇੰਡੀਆ ਸਰਕਾਰ ਜਿਹੜੀ ਆ, ਜੇ ਮੰਨ ਲਓ ਸਿੱਖ ਵੱਖਰਾ ਹੋ ਜਾਵੇ ਇੰਡੀਆ ਅਤੇ ਪੰਜਾਬ ਵੱਖਰਾ ਹੋ ਜਾਵੇ, ਜੇ ਸਿੱਖ ਉੱਧਰਲੇ ਇਲਾਕਿਆਂ 'ਚ ਰਹਿ ਰਹੇ ਆ ਜਿਵੇਂ ਕਈ ਦੂਜੀਆਂ ਸਟੇਟਾਂ ਦੇ ਵਿੱਚ ਸਿੱਖਾਂ ਦੇ ਨਾਲ ਧੱਕੇਸ਼ਾਹੀ ਵੀ ਕੀਤੀ ਗਈ ਆ, ਆਪਣਾ ਜਿਹੜੇ ਗਰੀਬ ਸਿੱਖ ਸੀ ਉਹਨਾਂ ਦੇ ਨਾਲ ਵੀ, ਜਾਂ ਜ਼ਮੀਨਾਂ ਜ਼ਬਤ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਆ। ਸੋ ਫਿਰ ਕੀ ਹੁੰਦਾ ਜੇ ਪੰਜਾਬ ਦੇ ਵਿੱਚ ਵੀ ਹਿੰਦੂ ਰਹਿਣਗੇ
ਤੇ ਉਹਦੇ ਨਾਲ ਇਹ ਹੁੰਦਾ ਵੀ ਇੰਡੀਆ ਸਰਕਾਰ ਨੂੰ ਵੀ ਡਰ ਹੁੰਦਾ ਵੀ ਸਾਡੇ ਲੋਕ ਵੀ ਪੰਜਾਬ ਦੇ ਵਿੱਚ ਹੈਗੇ ਆ, ਸੋ ਜੇ ਇੱਦਾਂ ਹੋਵੇ ਤਾਂ ਨਾ ਅਸੀਂ ਹਿੰਦੂਆਂ ਦੇ ਨਾਲ ਧੱਕੇਸ਼ਾਹੀ ਕਰ ਸਕਦੇ ਹਾਂ ਵੀ ਸਾਡੇ ਲੋਕ ਵੀ ਦੂਜੀਆਂ ਸਟੇਟਾਂ ਦੇ ਵਿੱਚ ਹੈਗੇ ਨੇ ਜੀ, ਅਤੇ ਜਿਹੜੇ ਹਿੰਦੂ ਨੇ ਇੰਡੀਆ ਸਰਕਾਰ ਹੋਏਗੀ ਉਹ ਉਹਨਾਂ ਸਿੱਖਾਂ ਨਾਲ ਨਹੀਂ ਧੱਕਾ ਕਰ ਸਕਦੇ ਵੀ ਸਾਡੇ ਵੀ ਹਿੰਦੂ ਪੰਜਾਬ ਦੇ ਵਿੱਚ ਹੈਗੇ ਨੇ। ਸੋ ਇਹ ਜਿਹੜੇ ਹਿੰਦੂਆਂ ਦੇ ਵਿੱਚ ਭੁਲੇਖੇ ਪਏ ਹੋਏ ਆ ਵੀ ਸ਼ਾਇਦ ਹਿੰਦੂਆਂ ਨੂੰ ਕੱਢ ਦਿੱਤਾ ਜਾਏਗਾ ਜਾਂ ਇੱਦਾਂ ਕੁਝ ਹੋ ਜਾਏਗਾ, ਅਤੇ ਇੱਦਾਂ ਦਾ ਕੁਝ ਨਹੀਂ ਕੀਤਾ ਜਾਏਗਾ। ਸੋ ਇਹ ਵੀ ਜਿਹੜਾ ਕਾਰਜ ਆ ਵੀ ਖਾਲਿਸਤਾਨ ਜਾਂ 2020 ਰੈਫਰੈਂਡਮ ਜਾਂ ਪੰਜਾਬ ਦੇ ਵਿੱਚ ਕਹਿ ਲਓ ਵੀ ਕੋਈ ਇੱਦਾਂ ਦਾ ਕੰਮ ਅਗਰ ਹੁੰਦਾ ਆ ਵੀ ਵੋਟਾਂ ਪਾਈਆਂ ਜਾਂਦੀਆਂ ਵੀ ਖਾਲਿਸਤਾਨ ਬਣਨਾ ਚਾਹੀਦਾ, ਇਹ ਵੱਖਰਾ ਦੇਸ਼ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ, ਅਤੇ ਗੁਰੂ ਪਿਆਰਿਓ ਢਿੱਲ ਨਾ ਗੁਜ਼ਾਰਿਓ, ਅਤੇ ਜੇ ਆਪਾਂ ਨੂੰ ਉੱਦਾਂ ਵੀ ਜ਼ੋਰ ਮਾਰ ਕੇ ਵੀ ਕੁਝ ਕਰਨਾ ਪੈਂਦਾ ਤਾਂ ਉਹ ਵੀ ਸਾਨੂੰ ਸਾਰਿਆਂ ਨੂੰ ਰਲ ਕੇ ਕਰਨਾ ਚਾਹੀਦਾ, ਕਿਉਂਕਿ ਜਿੰਨਾ ਚਿਰ ਪੰਜਾਬ ਆਜ਼ਾਦ ਨਹੀਂ ਉਹਨਾਂ ਚਿਰ ਇਹਨਾਂ ਨੇ ਸਾਡੇ ਪੰਜਾਬ ਦਾ ਦਿਨੋਂ ਦਿਨ ਬੇੜਾ ਗਰਕ ਕਰਨਾ ਹੀ ਆ। ਤੁਸੀਂ ਵੇਖ ਲਓ ਉਸ ਵੇਲੇ ਪੰਜਾਬ ਚੰਗਾ ਭਲਾ ਸੀ, ਕੋਈ ਪਾਣੀ ਦੀ ਤੰਗੀ ਨਹੀਂ ਸੀ, ਪਰ ਉਹ ਇੰਨੇ ਸਾਲ ਪਹਿਲਾਂ ਮੰਗੀਆਂ ਸੀ ਵੀ ਕੁਝ ਸਾਲਾਂ ਦੇ ਵਿੱਚ ਚਲੋ ਸ਼ਾਇਦ ਜੇ ਹੋ ਜਾਣੇ ਪੂਰੀਆਂ ਤਾਂ ਪੰਜਾਬ ਬਚਿਆ ਰਹੂਗਾ। ਅਸੀਂ ਉਸ ਵੇਲੇ ਜਾਗੇ ਨਹੀਂ, ਅਤੇ ਅੱਜ ਪੰਜਾਬ ਦੀ ਹਾਲਤ ਤੁਸੀਂ ਵੇਖ ਲਓ, ਨੌਜਵਾਨੀ ਨਸ਼ਿਆਂ 'ਚ ਮਰ ਰਹੀ ਹੈ, ਪਾਣੀ ਹੁਣੋਂ ਬੇੜਾ ਗਰਕ ਹੋ ਚੁੱਕਾ, ਕੈਂਸਰ ਇੰਨੀ ਪੰਜਾਬ 'ਚ ਹੋ ਚੁੱਕੀ ਆ ਜਿਹਦਾ ਕੋਈ ਹਿਸਾਬ ਨਹੀਂ। ਸੋ ਜੇ ਅਸੀਂ ਪੰਜਾਬ ਨੂੰ ਬਚਾਉਣਾ ਆ ਇਸ ਪਾਸੇ ਵੀ ਸਾਨੂੰ ਖਿਆਲ ਰੱਖਣਾ ਪੈਣਾ ਵੀ ਅਗਰ ਰੈਫਰੈਂਡਮ ਹੁੰਦਾ ਜਾਂ ਵੋਟ ਹੁੰਦੀ ਆ ਜਾਂ ਕੁਝ ਹੋਰ ਵੀ ਹੁੰਦਾ, ਸਾਨੂੰ ਆਪਣਾ ਪੰਜਾਬ ਵੱਖਰਾ ਕਰਨ ਦੇ ਲਈ ਵੀ ਹੀਲੇ ਬਣਾਉਣੇ ਚਾਹੀਦੇ ਆ, ਅਤੇ ਹਿੰਦੂਆਂ ਨੂੰ ਵੀ ਪੂਰੀਆਂ ਸਹੂਲਤਾਂ ਹੋਣਗੀਆਂ ਪੰਜਾਬ ਦੇ ਵਿੱਚ ਜਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸੀ। ਔਰ ਮੈਂ ਗਰੰਟੀ ਦਿੰਦਾ ਵੀ ਇੰਡੀਆ ਦੀ ਜਿਹੜੀ ਸਰਕਾਰ ਆ ਇਹਨਾਂ ਚੋਰਾਂ ਨਾਲੋਂ ਤੁਹਾਨੂੰ ਵਧੀਆ ਪੰਜਾਬ ਬਣਾ ਕੇ ਵਿਖਾਵਾਂਗੇ, ਅਤੇ ਉਹ ਤੋਂ ਬਾਅਦ ਜੇ ਆਉਣ ਵਾਲੇ ਸਮੇਂ 'ਚ ਕੋਈ ਹੋਰ ਸਟੇਟਾਂ ਵੀ ਸਾਡੇ 'ਚ ਰਲਣੀਆਂ ਚਾਹੁੰਦੀਆਂ ਹੋਣਗੀਆਂ, ਜਿਵੇਂ ਕਹਿ ਲਓ ਵੀ ਜੇ ਹਰਿਆਣਾ ਦੁਖੀ ਹੋ ਜਾਵੇ ਜਾਂ ਹਿਮਾਚਲ ਦੁਖੀ ਹੋ ਜਾਵੇ ਵੀ ਅਸੀਂ ਇੰਡੀਆ ਸਰਕਾਰ ਤੋਂ ਦੁਖੀ ਹਾਂ, ਸਾਨੂੰ ਵੀ ਆਪਣੇ ਵਿੱਚ ਰਲਾਓ ਅਤੇ ਅਸੀਂ ਉਹਨਾਂ ਨੂੰ ਵੀ ਰਲਾਵਾਂਗੇ, ਉਹਨਾਂ ਨੂੰ ਵੀ ਇੱਕ ਖੁਸ਼ਹਾਲ ਦੇਸ਼ ਬਣਾਵਾਂਗੇ। ਕਿਉਂਕਿ ਜਿਹੜੇ ਸਿੱਖ ਆ ਅੱਜ ਵਿਦੇਸ਼ਾਂ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਵੱਸ ਰਹੇ ਆ ਔਰ ਬਹੁਤ ਪੜ੍ਹੇ ਪੜ੍ਹੇ ਲਿਖੇ ਸਿੱਖ ਹੈਗੇ ਨੇ, ਚੰਗੀ ਸੋਚ ਵਾਲੇ ਬੰਦਿਆਂ ਦੀ ਲੋੜ ਹੈ। ਠੀਕ ਹੈ, ਆਪਾਂ 5-6 ਹਜ਼ਾਰ ਸਿਆਸੀ ਡਾਕੂ ਬੈਠੇ ਆ ਵਿਧਾਨ ਸਭਾ 'ਚ, ਬੈਠੇ ਆ ਪਾਰਲੀਮੈਂਟ 'ਚ ਬੈਠੇ ਆ, ਇਹਨਾਂ ਨੂੰ ਸੁਧਾਰਨ ਵਾਸਤੇ ਸਿਆਸੀ ਡਾਕੂ ਜਿਹੜੇ ਸਰਕਾਰੀ ਮੁਲਾਜ਼ਮ ਆ ਇਹਨਾਂ ਨੂੰ ਸੁਧਾਰਨ ਵਾਸਤੇ ਇਸ ਵੇਲੇ 600 ਪਿੰਡਰਾਂ ਦੀ ਲੋੜ ਆ ਵੀ ਹਰੇਕ ਜ਼ਿਲ੍ਹੇ 'ਚ ਇੱਕ ਇੱਕ ਪਿੰਡਰਾਂ ਵਾਲਾ ਆ ਕੇ ਬਹਿ ਜੀ। ਅੱਛਾ ਜੀ, ਹੁਣ ਪਿੰਡਰਾਂ ਵਾਲੀ ਜ਼ਰੂਰਤ ਆ ਜਾਣੀ ਜਮ੍ਹਾਂ ਬਹੁਤ, ਹੁਣ ਦੇਸ਼ ਪਿੰਡਰਾਂ ਦੀ ਜ਼ਰੂਰਤ ਨੂੰ ਮਹਿਸੂਸ ਕਰਨ ਲੱਗਿਆ। ਤੁਸੀਂ ਮੰਨਦੇ ਇਸ ਚੀਜ਼ ਨੂੰ? ਮੈਂ ਮੰਨਦਾ ਜੀ, ਇਸ ਚੀਜ਼ ਨੂੰ ਹਿੰਦੂ ਹੋਣ ਦੇ ਨਾਤੇ ਫਿਰ ਵੀ ਮੰਨਦਾ। ਠੀਕ ਹੈ, ਨਵੇੜ ਦੇ ਕੰਮ। ਹੋਰ ਕੋਈ ਸਵਾਲ? ਬਸ ਪਿੰਡਰ, ਮੈਂ ਪਿੰਡਰਾਂ ਵਾਲੇ ਬੰਦੇ ਭਾਲ ਦਾ ਕਰਦਾ। ਜਿਹੜੇ ਕਠੂਆ 'ਚ ਹੋਇਆ ਇਹ ਪ੍ਰੋਗਰਾਮ ਵੀ ਉਹਨਾਂ ਬਾਰੇ ਤਾਂ ਕੁਝ ਦਾ ਲਗਾੜੇ ਆ, ਪਿੰਡ ਵਾਲਾ ਇੱਕ ਆ ਗਿਆ, ਇਹਨਾਂ ਨੂੰ ਉਹਦੀ ਖਤਮ ਕਰ ਦੂੰਗਾ। ਠੀਕ ਆ ਜੀ, ਥੈਂਕ ਯੂ। ਨਾ ਸਿੱਖਾਂ ਨੇ ਕਦੀ ਧੱਕਾ ਕੀਤਾ ਆ ਕਿਸੇ ਦੇ ਨਾਲ, ਪੁਰਾਣਾ ਸਮਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਵੇਖ ਲਓ, ਅਤੇ ਨਾ ਹੀ ਕਦੀ ਕਰਨਗੇ, ਅਤੇ ਨਾ ਹੀ ਸਿੱਖ ਇਹੋ ਜਿਹੇ ਹੈਗੇ ਨੇ। ਸੋ ਇੰਨੀਆਂ ਕੁ ਬੇਨਤੀਆਂ ਕਰਦਾ ਹੋਇਆ ਮੈਂ ਖਿਮਾ ਦਾ ਜਾਜਕਿਆਂ ਦੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰੂ ਪਿਆਰਿਓ, ਅਗਰ ਅਸੀਂ ਚਾਹੀਏ ਤਾਂ ਅਸੀਂ ਤਸਵੀਰਾਂ ਬਦਲ ਸਕਦੇ ਹਾਂ, ਤਕਦੀਰਾਂ ਬਦਲ ਸਕਦੇ ਹਾਂ, ਪਰ ਉਸ ਵਾਸਤੇ ਲੋੜ ਹੈ ਸਾਨੂੰ ਸਾਰਿਆਂ ਨੂੰ ਇੱਕਜੁੱਟ ਇੱਕ ਮੁੱਠ ਹੋਣ ਦੀ। ਜਦੋਂ ਤੱਕ ਅਸੀਂ ਇਕੱਠੇ ਨਹੀਂ ਹੋਵਾਂਗੇ, ਜਦੋਂ ਤੱਕ ਅਸੀਂ ਗੁਰਬਾਣੀ ਦਾ ਇਹ ਫਰਮਾਨ ਦਿਲੋਂ ਨਹੀਂ ਮੰਨਾਂਗੇ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਈ, ਉਦੋਂ ਤੱਕ ਇਹ ਕੌਮ ਇਸੇ ਤਰ੍ਹਾਂ ਦੁਬਿਧਾ ਦੇ ਵਿੱਚ ਹੀ ਪਈ ਰਹਿਣੀ ਹੈ, ਅਤੇ ਬਾਕੀ ਦੀਆਂ ਸਿਆਸੀ ਧਿਰਾਂ ਇਸ ਕੌਮ ਦੇ ਜ਼ਰੀਏ ਆਪਣੇ ਉੱਲੂ ਸਿੱਧੇ ਕਰਦੀਆਂ ਆਈਆਂ ਨੇ ਅਤੇ ਅੱਗੇ ਵੀ ਕਰਦੀਆਂ ਰਹਿਣਗੀਆਂ। ਤੁਸੀਂ ਇਸ ਮਸਲੇ ਉੱਤੇ ਕੀ ਸੋਚਦੇ ਹੋ? ਆਪਣੇ ਵਿਚਾਰ ਕਮੈਂਟਸ ਦੇ ਵਿੱਚ ਜ਼ਰੂਰ ਬਿਆਨ ਕਰਨਾ। ਵੀਡੀਓ ਚੰਗੀ ਲੱਗੀ ਹੋਈ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।